ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਤਰੀਕ ਹੈ 1 ਫਰਵਰੀ, ਦਿਨ ਹੈ ਸੋਮਵਾਰ ਅਤੇ ਸਮਾਂ ਹੈ ਸ਼ਾਮ ਦੇ 6:30। ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਇਸ ਵਕਤ ਲਾਈਵ ਜੁੜੇ ਹੋਏ ਹੋ। ਪ੍ਰੋਗਰਾਮ ਸ਼ਮਾਦਾਨ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਨੂੰ 6:30 'ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ, ਜਿਸ ਦਾ ਮੁੜ ਪ੍ਰਸਾਰਣ ਹੁਣ ਤੋਂ 4 ਘੰਟਿਆਂ ਬਾਅਦ ਯਾਨੀ ਕਿ 10:30 ਅਤੇ 11 ਘੰਟਿਆਂ ਬਾਅਦ ਸਵੇਰੇ 5:30 ਹੋਏਗਾ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਵਾਸ਼ਿੰਗਟਨ ਫਰੇਟ ਸਰਵਿਸ ਨੇ, ਜੋ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੇ ਨੇ, ਲੋਕਲ ਜੋਬ ਦਿੰਦੇ ਨੇ, ਡੇਲੀ ਹੋਮ ਜਾ ਸਕਦੇ ਹੋ ਕੰਮ ਕਰਕੇ, ਬਹੁਤ ਅੱਛੇ ਬੈਨੀਫਿਟਸ ਦੇ ਰਹੇ ਨੇ। ਡਿਸਪੈਚ ਪੰਜਾਬੀ ਅਤੇ ਇੰਗਲਿਸ਼ ਕਰਦੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 206-354-4060 'ਤੇ ਕਾਲ ਕਰ ਸਕਦੇ ਹੋ। ਜਗਦੇਵ ਸੰਧੂ ਹੋਰਾਂ ਨਾਲ 253-266-6924 'ਤੇ ਕਾਲ ਕਰ ਸਕਦੇ ਹੋ। ਅੱਜ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬਿਜਲੀ ਦੇ ਬਿੱਲ ਹਰ ਕਿਸੇ ਨੂੰ ਪਰੇਸ਼ਾਨ ਕਰ ਰਹੇ ਨੇ, ਭਾਵੇਂ ਅਮਰੀਕਾ ਹੋਵੇ, ਇੰਗਲੈਂਡ ਹੋਵੇ ਅਤੇ ਭਾਵੇਂ ਤੁਹਾਡਾ ਆਪਣਾ ਪੰਜਾਬ ਹੋਵੇ। ਪਰ ਬੇਕਰਸਫੀਲਡ ਏਰੀਏ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਕਿਵੇਂ ਕਰਨੇ ਆ ਤਾਂ ਜਤਿੰਦਰ ਸਿੰਘ ਤੂਰ ਹੋਰਾਂ ਨਾਲ ਸੰਪਰਕ ਕਰੋ, 6617541722 'ਤੇ ਕਾਲ ਕਰ ਸਕਦੇ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਨਾਲ ਦੀ ਨਾਲ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਸਤਿਕਾਰਤ ਲਿਸਨਰਸ ਵੱਲੋਂ ਅਤੇ ਜਗਜੀਤ ਸਿੰਘ ਲੰਡਨ ਵੱਲੋਂ। ਸੋ ਮੇਰੇ ਨਾਲ ਇਸ ਵਕਤ ਫੋਨ ਲਾਈਨ 'ਤੇ ਜੁੜ ਗਏ ਨੇ ਸ਼ਿਵਿੰਦਰ ਜੀ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ਿਵਿੰਦਰ ਜੀ, ਜਿਵੇਂ ਆਪਾਂ ਕਹਿੰਦੇ ਹਾਂ ਕਿ ਕੋਈ ਵੀ ਸੰਘਰਸ਼ ਜਦੋਂ ਚੱਲਦਾ ਹੈ, ਭਾਵੇਂ ਉਹ ਸਾਡਾ ਆਜ਼ਾਦੀ ਦਾ ਸੰਘਰਸ਼ ਹੋਵੇ, ਉਸ ਸੰਘਰਸ਼ ਦੇ ਵਿੱਚ ਉਤਰਾਅ ਚੜਾਅ ਬੜੇ ਆਏ ਨੇ। ਸੰਘਰਸ਼ ਆਪਣੀ ਆਪਣੀਆਂ ਦਿਸ਼ਾਵਾਂ ਵੱਲ ਵੀ ਚੱਲਿਆ, ਉਹਨਾਂ ਨੂੰ ਚਲਾਉਣ ਵਾਲੇ ਲੋਕ ਵੀ ਇਸ ਨੂੰ ਆਪਣੀ ਦਿਸ਼ਾ ਵੱਲ ਲੈ ਕੇ ਗਏ ਨੇ। ਪਰ ਟੀਚਾ ਇੱਕ ਸੀ, ਟੀਚਾ ਸੀ ਕਿ ਭਾਰਤ ਦੇ ਵਿੱਚੋਂ ਗੋਰਿਆਂ ਨੂੰ ਕੱਢ ਦੇਣਾ। ਬਿਲਕੁਲ। ਪਰ ਜਦੋਂ ਕਿਸਾਨੀ ਸੰਘਰਸ਼ ਚੱਲਿਆ, ਅੱਜ ਮੈਂ ਆਪਾਂ ਤਾਂ ਰੇਡੀਓ 'ਤੇ ਪਹਿਲੇ ਸ਼ੁਰੂ 'ਤੇ ਕਹਿੰਦੇ ਆ ਰਹੇ ਹਾਂ, ਜਿਸ ਦਿਨ ਤਾਂ ਆਪਾਂ ਦਿੱਲੀ ਪਹੁੰਚੇ ਹਾਂ, ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਸਾਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਇਹ ਗੱਲ ਕਹੀ। ਅਤੇ ਮੈਂ ਰੇਡੀਓ ਪੰਜਾਬ ਟੂਡੇ ਦੇ ਇਸ ਪ੍ਰੋਗਰਾਮ ਵਿੱਚ ਕਿਹਾ ਸੀਗਾ ਕਿ ਜੇਕਰ ਤੁਸੀਂ ਬੋਲੇ ਸੋਹਣਿਆਲ ਦੇ ਨਾਰੇ ਆਪਣੇ ਗੁੰਜਾਉਣੇ ਨੇ ਤਾਂ ਤੁਸੀਂ ਹਰ ਹਰ ਗੰਗੇ ਅਤੇ ਜੈ ਸ਼੍ਰੀ ਰਾਮ ਅਤੇ ਰਾਮ ਰਾਮ ਵੀ ਕਹਿਣੀ ਸਿੱਖ ਲਓ ਅਤੇ ਅੱਲਾਹੂ ਅਕਬਰ ਵੀ ਕਿਹਾ ਕਰੋ, ਕਿਉਂਕਿ ਇਹ ਸਿੱਖਾਂ ਦਾ ਸੰਘਰਸ਼ ਨਹੀਂ ਹੈ, ਇਹ ਕਿਸਾਨ ਮਸਲਿਆਂ ਦਾ ਸੰਘਰਸ਼ ਹੈ। ਸੋ ਅੱਜ ਵੀ ਕੁਛ ਸੱਜਣ ਮਿੱਤਰ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਸੰਘਰਸ਼ ਸਿੱਖੀ ਦਾ ਨਹੀਂ ਸੀ, ਕਿਉਂਕਿ ਸਿੱਖੀ ਦਾ ਸੰਘਰਸ਼ ਤਾਂ ਅਸੀਂ ਕੇਵਲ ਸਿੱਖ ਹੀ ਲੜ ਸਕਦੇ ਹਾਂ। ਪੰਜਾਬ ਦੇ ਵਿੱਚ ਬੜੀਆਂ ਹੋਰ ਵੀ ਜਾਤਾਂ, ਬਿਰਾਦਰੀਆਂ, ਧਰਮ ਨੇ, ਸਾਨੂੰ ਨਹੀਂ ਗਰੇਜ਼, ਅਸੀਂ ਨਹੀਂ ਇਸ ਗੱਲ ਦੇ ਖਿਲਾਫ ਕਿ ਸਿੱਖੀ ਦਾ ਸੰਘਰਸ਼ ਨਾ ਲੜਿਆ ਜਾਵੇ। ਸਿੱਖ ਮਸਲੇ ਬੜੇ ਨੇ, ਇਹਨਾਂ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਹੈ। ਸਾਡੀ SGPC ਦੇ ਵਿੱਚ ਬੜੀਆਂ ਉਣਤਾਈਆਂ ਨੇ, ਸਿੱਖਾਂ ਨੂੰ ਦੀ ਜਿਹੜੀ ਹੈ ਵੱਖ ਵੱਖ ਸਰਕਾਰੀ ਨੌਕਰੀਆਂ ਦੇ ਵਿੱਚ ਸ਼ਮੂਲੀਅਤ ਘਟਾਈ ਜਾ ਰਹੀ ਹੈ, ਜਾਂ ਜਿਵੇਂ ਆਪਾਂ ਆਖੀਏ ਕਿ ਘੱਟ ਗਿਣਤੀਆਂ ਵਾਲਾ ਰੁਤਬਾ ਨਹੀਂ ਦਿੱਤਾ ਜਾ ਰਿਹਾ। ਦੇਖੋ, ਸਿੱਖ ਪਾਕਿਸਤਾਨ 'ਚ ਵੀ ਬੈਠੇ ਨੇ ਅਤੇ ਤੁਹਾਨੂੰ ਯਾਦ ਹੋਏ ਕਿ ਸਿੱਖ ਬੜਾ ਛੋਟਾ ਜਿਹਾ ਇੱਕ ਦੇਸ਼ ਹੈ ਇੰਡੋਨੇਸ਼ੀਆ, ਉੱਥੋਂ ਦੇ ਚੀਫ ਪੁਲਿਸ ਜਿਹੜਾ ਸੀਗਾ, ਕਿਉਂਕਿ ਆਪਣੇ ਉਹ ਇੰਡੋਨੇਸ਼ੀਆ ਇੱਕੋ ਦੇਸ਼ ਹੈ, ਸੂਬੇ ਹੋਣਗੇ, ਪਰ ਜਿਹੜਾ ਉੱਥੋਂ ਦਾ ਚੀਫ ਪੁਲਿਸ ਅਫਸਰ ਸੀਗਾ ਉਹ ਵੀ ਸਿੱਖ ਬਣਿਆ। ਅਤੇ ਕਈ ਸਿੱਖਾਂ ਨੂੰ ਤਾਂ ਪੰਜਾਬੀ ਬੋਲਣੀ ਤੱਕ ਨਹੀਂ ਆਉਂਦੀ, ਪਰ ਉਹਨਾਂ ਦੇ ਲਈ ਮੁਕਾਮ ਅਕੀਦਾ ਜਿਹੜਾ ਹਰਿਮੰਦਰ ਸਾਹਿਬ ਹੈ। ਸਿੱਖ ਜਿੱਥੇ ਹੀ ਬੈਠੇ ਨੇ, ਅੰਮ੍ਰਿਤਸਰ ਜਾਂ ਆਪਾਂ ਕਹਿ ਲਈਏ ਕਿ ਨਨਕਾਣਾ ਸਾਹਿਬ, ਉਹਨਾਂ ਦੇ ਲਈ ਜਿਵੇਂ ਕ੍ਰਿਸ਼ਨਾ ਦੇ ਲਈ ਵੈਟੀਕਨ ਸਿਟੀ ਹੈ, ਉਸੇ ਤਰ੍ਹਾਂ। ਪਰ ਅਸੀਂ ਜਦੋਂ ਭਾਰਤ ਦੇ ਵਿੱਚ ਰਹਿੰਦੇ ਹਾਂ ਤਾਂ ਸਾਡੇ, ਜਾਂ ਅਮਰੀਕਾ 'ਚ ਰਹਿੰਦੇ ਹਾਂ ਤਾਂ ਸਾਡੇ ਸਿੱਖਾਂ ਦੇ ਮਸਲੇ, ਪਾਕਿਸਤਾਨ 'ਚ ਰਹਿੰਦੇ ਹਾਂ ਤਾਂ ਉਹਨਾਂ ਉੱਥੋਂ ਦੇ ਸਿੱਖਾਂ ਦੇ ਮਸਲੇ ਆਪਣੇ ਆਪਣੇ 'ਤੇ। ਹਰ ਇੱਕ ਵਿਅਕਤੀ ਆਪਣੇ ਦੇਸ਼ ਦੇ ਲਈ ਵਫ਼ਾਦਾਰ ਹੈ, ਸਿੱਖ ਆਪਣੇ ਦੇਸ਼ ਦੇ ਲਈ ਵਫ਼ਾਦਾਰ ਹੈ ਜਿੱਥੇ ਵੀ ਉਹਨੇ ਜਨਮ ਲਿਆ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਿੱਖ ਇਸ ਕਿਸਾਨ ਸੰਘਰਸ਼ ਨੂੰ ਕਿੰਨਾ ਹਾਲਾਤਾਂ ਦੇ ਵਿੱਚ ਇੱਕ ਸਿੱਖ ਸੰਘਰਸ਼ ਉਲੀਕਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਤੁਹਾਨੂੰ ਇਕੱਲਾ ਸਾਥ ਸਿੱਖਾਂ ਨੇ ਨਹੀਂ ਦਿੱਤਾ। ਜੇਕਰ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਚੌਧਰੀਆਂ ਨੇ ਵੀ ਦਿੱਤਾ, ਬਾਗੜੀਆਂ ਨੇ, ਬਿਸ਼ਨੋਈਆਂ ਨੇ ਵੀ ਦਿੱਤਾ, ਠੀਕ ਹੈ ਜੀ, ਕੰਬੋਜ ਚੌਧਰੀਆਂ ਨੇ ਵੀ ਦਿੱਤਾ, ਅਤੇ ਹਰਿਆਣੇ ਦੇ ਜੱਟਾਂ ਨੇ ਵੀ ਦਿੱਤਾ, ਅਤੇ ਹਰਿਆਣੇ ਦੇ ਸੈਣੀਆਂ ਨੇ ਅਤੇ ਬ੍ਰਾਹਮਣਾਂ ਨੇ ਵੀ ਦਿੱਤਾ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤਾਂ ਬਾਣੀਆਂ ਵੀ ਖੇਤੀ ਕਰਦੇ ਨੇ, ਉਹਨਾਂ ਨੇ ਵੀ ਦਿੱਤਾ। ਪਰ ਹੁਣ ਜੋ ਵਿਅਕਤੀ ਪਹਿਲੇ ਦਿਨ ਤੋਂ, ਜਦੋਂ ਉਤਰਿਆ ਮੈਂ ਲਿਖਿਆ
मेरे अजीज दोस्त ने मैनू अलांबा दिता, कहिंदे भी तू यार आ क्यों लिख दिता भी दीप सिद्धू जिहड़ा गनमैन है इहदा सनी देओल दा। मैं कहा चलो भाई साहब मैंने गलती हो सकती है, तुसीं ज्यादा जानदे हो पर मैं नजदीकी लिख दिंदा। शंका खड़ी हो गई सी, बंदे दा एजेंडा अज भी उही है, रो पिट के की कह रहा, पंजाबियों नूं साले तक कह रहा, पंजाबियों नूं कह रहा कि तुसीं धोखेबाज हो, मैं सारा कुछ छड्ड के तुहाडे लई आया। भलिया मानसा जे तू सारा कुछ छड्ड के पंजाबियों लई आया, पंजाबियों लई नहीं सी आया, तू इत्थे एक राजनीति एक जिहड़ा खलाअ पैदा होया राजनीति दा उहदे विच उहनूं पूरन दे लई आया सी ते अपनी सियासी पार्टी खड़ी करन आया सी। सो अज जो अथरू केर रहा हो मुड़ मुड़ के रोना रो रहा है ते गाला कढ रहा पंजाबियों नूं, की कहोगे? देखो पहली गल तो हैगी कि जिहड़ा लोकां दा लीडर हुंदा ना ओह कदे लोकां दे विच नुक्स नहीं कढ़दे हुंदे हैगे, बिलकुल नहीं कढ़दे। एक इतिहास रहा भी मान लो कि कोई मूवमेंट सफल नहीं हुई हैगी तां ओह अपनी सब पड़चोल करदे हुंदे ने। इत्थे साडे जे असीं वोटिंग सिस्टम ना ही देखिए ना जिहड़े किसी वड्डे वड्डे लोकां ने जिवें मान लो कि सोहन सिंह जोश सीगे जी सीपीआई दे हो रहे हुए सीगे सूबा सकत्तर सीगे उस वेले सी जदों पूरा पंजाब एक हुंदा सी लहिंदा पंजाब भी चढ़दा पंजाब भी ते अपना इधर हिमाचल भी नहीं बनिया सीगा ते हरियाणा भी नहीं बनिया सी ओह मतलब एकदम लीडर सी। उन्होंने लोग सभा की इलेक्शन लड़ी ते बहुत घट वोटां दे फर्क नाल हारे, मतलब 1952 की गल कर रहे हैं ओह मतलब सिर्फ सिर्फ तुसीं देखो कि गिनती दीआं वोटां सी 1500 दे फर्क नाल हारे सीगे 1500-2000 दे, जे मैं गलत ना होवां तां। उन्होंने क्या किया कि सानू जिहड़ा पड़चोल करनी पऊ भी असीं जिहड़ा हारे हां तां क्यों हारे हां, क्योंकि साडे कोल कहिड़ी इहो जी कमी रह गई कि असीं जिहड़े लोकां नूं जिहड़े 1500 वोट पै गई उधर भी 1500 वोट जिहड़ी किवें पै गई साडे विच की कमजोरी रह गई है इहदा असीं एनालिसिस करांगे। इस ढंग नाल सोहन सिंह ढकना बहुत रिस्पेक्टेड ना हैगा क्योंकि आजादी मूवमेंट तो बाद भी वो जिहड़े हैगे ने ना अपने कम्मां कारां च लगे रहे, क्योंकि तुसीं देखिया कि आजादी मूवमेंट तो बाद भी हुकूमत इंडियन हुकूमत ने भी उन्होंने जेल च डक दिता सी, उन्होंने कहना सी मेरा जिहड़ा कुब निकलिया वह अंग्रेजा ने नहीं उन्ना कढ़िया जिन्ना भारतीय हुकूमत ने कढ़ दिता, ते उन्होंने भी वह भी जो समय समय से अपनी जिहड़ी पार्टी के हक के विच गए चोण जलसियां च उन्होंने भी कदे लोगों का नुक्स नहीं कढ़िया हैगा, ते क्योंकि वह एडे वड्डे बंदे सीगे कि आ जिहड़े दीप सिद्धू वर्गे तो नेड़े तेड़े नहीं हो सकते, कहिंदे जम के नहीं हो सकते, दो तीन बार चाहे जम लैणे बंदे। मैं गल तां कह रहा कि जिहड़े दुनिया के वड्डे वड्डे इनकलाबी होए ने दुनिया के वड्डे वड्डे जिहड़े बंदे होए ने उन्होंने कदे लोकां नूं नुक्स कढे, ओह देखदे सी कि असीं अपनी जिहड़ी गल है लोकां नूं समझा क्यों नहीं सके, साडे कित्थों कमी रहि गई। ते दीप सिद्धू ना उन्होंने कदे भी नहीं कहा कि असीं अपना घर बार छड दिता, असीं अपना विआह नहीं कराया, असीं अपना आ नहीं कीता, लांबे नहीं दित्ते क्यों? दीप सिद्धू ने तो कुछ ऐसा किया भी नहीं हैगा, वह एक पैरासूट राही आया 6 महीने विच ही आके वह पंजाब का मुख्यमंत्री बनना चाहता सी। मैं जिहड़ा किसान संघर्ष चलता जिवें मतलब अन्ना हजारे मूवमेंट से केजरीवाल निकलिया भी मैं भी कितने पंजाब का केजरीवाल बन जूंगा भी आके उन्हें जिहड़े हैगे आ एक दो इहे स्कॉलरां दे नेड़े आ गया जिहदे विचों गल्लां करन लग गया भी देखो जी अकाल पुरख ने ऐ करता फिर उन्हें किसान संघर्ष के बराबर ही उन्हें जिहड़ा मोर्चा वह मोर्चा ला लिया शंभू दे उत्ते उत्थे भी उन्हूं पट्ठे ना पए, फिर सोचा भी दिल्ली मैं बराड़ी मैदान चला जाना जदों पता लगे भी किसान जथेबंदियां तां भाई बराड़ी मैदान च जाणगियां नहीं, इह तां दिल्ली दे बॉर्डरां नूं घेरन लगियां, फिर उत्थे आ के किसान उस ट्रालियां च बह के किसानां दे विरुद्ध बकवास करता रहा ते मोर्चे च भी आउंदा रहा बट स्टेज ते नहीं चढ़न दिता अगलियां ने। उस तों बाद भी किवें स्टेज ते कब्जा कीता, क्योंकि जिहड़ा कोई जे सच्ची मुच्ची उह सिक्खी सिधांतां दे अनुकूल सीगा ਤਾਂ ਮੋਰਚੇ ਦੇ ਉੱਤੇ ਕਬਜ਼ਾ ਕਰਨਾ ਨਹੀਂ ਹੁੰਦਾ, ਫਿਰ ਹੁੰਦਾ ਕਿ ਜੇ ਮੋਰਚੇ ਦੇ ਬਰਾਬਰ ਮੈਂ ਮੋਰਚਾ ਕਿਵੇਂ ਲਾਵਾਂ, ਉਹ ਕਰਦਾ ਲੋਕਾਂ ਨੂੰ ਉੱਦਾਂ ਹੀ ਮੋਬਿਲਾਈਜ਼ ਕਰਕੇ ਯੂਨਾਈਟ ਕਰਕੇ ਪੰਜਾਬ ਚ ਲਿਆਉਂਦਾ, ਉਹਨੇ ਜੋ ਕਹੇ ਨਹੀਂ ਸੀ ਸਟੇਜਾਂ ਉਹਦੇ ਧੱਕੇ ਨਾਲ ਕਬਜ਼ੇ ਨਹੀਂ ਹੁੰਦੇ ਹੈਗੇ, ਫਿਰ ਨੌਜਵਾਨ ਲਾ ਕੇ ਤਿਰੰਗੇ ਤਿਰੰਗਿਆਂ ਲਹਿਰਾ ਦਿੱਤੇ ਉਹਦੇ ਬਰਾਬਰੀ ਜਿਹੜਾ ਕੇਸਰੀ ਨਿਸ਼ਾਨ ਲਹਿਰਾ ਦਿੱਤਾ, ਫਿਰ ਉੱਥੋਂ ਭੱਜ ਵੀ ਗਿਆ ਜਦੋਂ ਕੁੱਟ ਪਈ ਪੈਣੀ ਸੀ, ਮਤਲਬ ਕੁੱਟ ਪੈਣ ਲਈ ਤਾਂ ਮੁੰਡੇ ਛੱਡ ਦਿੱਤੇ ਆਪ ਦਾ ਸਟੇਟ ਨਾਲ ਮਿਲਿਆ ਹੋਇਆ ਸੀਗਾ ਉੱਥੋਂ ਭੱਜ ਗਿਆ, ਤੇ ਹੁਣ ਜਿਹੜੇ ਉਹਨਾਂ ਦੇ ਕੇਸ ਤਾਂ ਹੁਣ ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਲੜਾਂਗੇ ਮੁੰਡਿਆਂ ਦੇ ਕੇਸ, ਤਾਂ ਉਹਨਾਂ ਨੇ ਇੱਕ ਕਹਿ ਦਿੱਤਾ ਕੱਲ ਐਲਾਨ ਕਰ ਦਿੱਤਾ ਵੀ ਅਸੀਂ ਇਹਨਾਂ ਦੀ ਇੱਕ ਕਮੇਟੀ ਬਣਾ ਦਿੱਤੀ, ਉਹਨਾਂ ਨੇ 5 ਮੈਂਬਰੀ ਕਮੇਟੀ ਅਸੀਂ
ਉਧਰੋਂ ਗ੍ਰਾਹਾਂ ਤੁਹਾਡੇ ਨੇ ਵੀ ਕਹਿ ਦਿੱਤਾ ਕਿ ਇਹ ਪਹਿਲਾਂ ਅਸੀਂ ਤਫਤੀਸ਼ ਕਰਦੇ ਹਾਂ ਵੀ ਬੱਚੇ ਹੈ ਕਿ ਨਹੀਂ ਤੇ ਉਹਨਾਂ ਦੇ ਕੇਸ ਅਸੀਂ ਲੜਾਂਗੇ ਭਾਵੇਂ ਕਿ ਬੱਚੇ ਗਲਤ ਥਾਵੇਂ ਚੱਲ ਪਏ ਸੀਗੇ ਪਰ ਬੱਚੇ ਤਾਂ ਕਹਿੰਦੇ ਸਾਡੇ ਆ ਨਾ ਬੱਚੇ ਤਾਂ ਸਾਡੇ ਆ ਨਾ ਨਿਆਣੇ ਤਾਂ ਤੇ ਦੀਪ ਸਿੱਧੂ ਨੇ ਤਾਂ ਇਹ ਕੰਮ ਕੀਤਾ ਨਹੀਂ ਉਹਨੇ ਤਾਂ ਅੱਜ ਤੱਕ ਨਹੀਂ ਆਖਿਆ ਵੀ ਭਾਈ ਜੇ ਕਿਸੇ ਦਾ ਟਰੈਕਟਰ ਦਾ ਟਾਇਰ ਪੈਂਚਰ ਹੋਇਆ ਤਾਂ ਮੈਂ ਪੈਂਚਰ ਲਵਾ ਦੂੰਗਾ ਉਹ ਤਾਂ ਗਾਲਾਂ ਕੱਢੀ ਜਾਂਦਾ ਬਹਿ ਕੇ ਪਤਾ ਨਹੀਂ ਹੁਣ ਕਿਹੜੀ ਜਗ੍ਹਾ ਤੇ ਜਿੱਥੋਂ ਬੋਲਦਾ ਇਹ ਨਹੀਂ ਪਤਾ ਲੱਗਦਾ ਉਹਦੀ ਲੋਕੇਸ਼ਨ ਕਿਹੜੀ ਆ ਨਾ ਉਹ ਤਾਂ ਤੁਸੀਂ ਸਿਆਣੇ ਹੋ ਮੈਂ ਤਾਂ ਇਸ ਇੰਡਸਟਰੀ ਤੋਂ ਆ ਫਿਲਮ ਇੰਡਸਟਰੀ ਟੈਲੀਵਿਜ਼ਨ ਇੰਡਸਟਰੀ ਤੋਂ ਆ ਜੋ ਪਿੱਛੇ ਬੈਕਡ੍ਰੌਪ ਦਿਸਦਾ ਹੈ ਸਾਨੂੰ ਵੀ ਪਤਾ ਹੈ ਕਿ ਉਹਦੀਆਂ ਜਿੰਨੀਆਂ ਵੀ ਲਾਈਵ ਦੇਖੋਗੇ ਤੁਸੀਂ ਉਹਦੇ ਪਿੱਛੇ ਜਾਂ ਹਰਾ ਦਰਖਤ ਹੋਊਗਾ ਹਰੀ ਹੈਜ ਹੋਊਗੀ ਜਾਂ ਕੋਈ ਪਿੱਛੇ ਪੜਦਾ ਹੋਊ ਉਹ ਆਪਦੀ ਲੋਕੇਸ਼ਨ ਕਿਉਂ ਨਹੀਂ ਦਿਖਾਉਂਦਾ ਲਾਈਵ ਹੋਣ ਲੱਗਿਆ ਲੋਕੇਸ਼ਨ ਨਹੀਂ ਦਿਖਾਉਂਦਾ ਅੱਛਾ ਜਿੱਦਾਂ ਦੀਆਂ ਗੱਲਾਂ ਕਰਦੇ ਆ ਉਹ ਤਾਂ ਮੈਂ ਉਹਦੀਆਂ ਗੱਲਾਂ ਤੋਂ ਸੁਣ ਕੇ ਇਹੀ ਸੋਚਦਾ ਹੁੰਦਾ ਕਿ ਦੋ ਤਰ੍ਹਾਂ ਦੇ ਬੰਦੇ ਉਹਦੇ ਤੋਂ ਪ੍ਰਭਾਵਿਤ ਹੋ ਸਕਦੇ ਨੇ ਇੱਕ ਤਾਂ ਜਿਹੜਾ ਯੰਗ ਬਲੱਡ ਹੈ ਜਿਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਜਿਹੜਾ ਆਪਣਾ ਵਿਰਸਾ ਕੀ ਹੈ ਇਹਦੇ ਵਿਚਾਰਧਾਰਕ ਧਲਾਸਲ ਕੀ ਹੈ ਔਰ ਜਿਹਨਾਂ ਦੇ ਹੀਰੋ ਹੀ ਫਿਲਮਾਂ ਚ ਬਣਦੇ ਹੈਗੇ ਨੇ ਉਹ ਵੀ ਚੁੱਚੀਆਂ ਫਿਲਮਾਂ ਦੇ ਵਿੱਚੋਂ ਜਾਂ ਤਾਂ ਉਹ ਬੱਚੇ ਉਹਦੇ ਤੇ ਪ੍ਰਭਾਵਿਤ ਹੋ ਸਕਦੇ ਨੇ ਜਾਂ ਫਿਰ ਜਿਹੜੇ ਬੰਦੇ ਦਾ ਵੈਸੇ ਦਿਮਾਗ ਨਹੀਂ ਮਕਸਦ ਕਈਆਂ ਦਾ ਮਕਸਦ ਵੀ ਹੈ ਨਾ ਉਹ ਲੋਕਾਂ ਦੇ ਤੁਸੀਂ ਦੇਖੋ ਨਾ ਮੈਂ ਹੁਣ ਕਈ ਪੇਜਿਸ ਦੇਖ ਰਿਹਾ ਹੁਣ ਆਪਣਾ ਪੇਜ ਹੈ ਤੁਹਾਡਾ ਪੇਜ ਹੈ ਤੁਸੀਂ ਕਿੰਨਾ ਸਮਾਂ ਹੋ ਗਿਆ ਕੰਮ ਕਰਦੇ ਹੋ ਮੀਡੀਆ ਦੇ ਵਿੱਚ ਤੁਹਾਡਾ ਯੂਟਿਊਬ ਚੈਨਲ ਹੈ ਅੱਜ ਤੱਕ ਵਿਸ਼ਵਾਸ ਕਰਿਓ ਕਿ ਮੇਰੇ ਫੇਸਬੁੱਕ ਪੇਜ ਦੇ ਉੱਤੇ ਤੁਹਾਡੇ ਯੂਟਿਊਬ ਚੈਨਲ ਦੀ ਰੀਚ ਨਹੀਂ ਆਈ ਜਾਂ ਪੇਜ ਦੀ ਨਹੀਂ ਆਈ ਤੇ ਜਿਹੜੇ ਨਵੇਂ ਜੇ ਦੋ ਸੌ ਕਾਲ ਦਾ ਪਤਾ ਨਹੀਂ ਕਿਵੇਂ ਕਿੱਥੋਂ ਆ ਜਾਂਦੇ ਨੇ ਇਹ ਤੇ ਕਿਵੇਂ ਇਹ ਲੋਕਾਂ ਦੇ ਆਈ ਜਾਂਦੇ ਮੈਂ ਪਰੇਸ਼ਾਨ ਹਾਂ ਇਸ ਗੱਲ ਤੋਂ ਮੇਰਾ ਮੰਨਣਾ ਹੈਗਾ ਕਿ ਜਿਹਨੂੰ ਲੋਕ ਕਿਸੇ ਨੂੰ ਪਸੰਦ ਹੋਊ ਕੋਈ ਆਪ ਹੀ ਆ ਜਾਊਗਾ ਮੈਂ ਕਦੇ ਇਹੋ ਜਿਹੇ ਕੰਮ ਲਈ ਇੱਕ ਦੁੱਕੀ ਤੱਕ ਨੀ ਲਾਈ ਹੈਗੀ ਨਾ ਹੀ ਤੁਸੀਂ ਲਾਈ ਹੋਣੀ ਹੈ ਤੇ ਇਹ ਲੋਕਾਂ ਪਤਾ ਨੀ ਕਿੰਨਾ ਰੁਪਈਆ ਆਪਣੇ ਪੇਜਾਂ ਨੂੰ ਪ੍ਰਮੋਟ ਕਰਨ ਲਈ ਫਿਰ ਸਟੇਟ ਦੀ ਜਿਹੜੀ ਟੋਟਲ ਇੱਕ ਟੈਕਨੀਕਲ ਮਸ਼ੀਨਰੀ ਆ ਉਹ ਇਹਨਾਂ ਦੇ ਪਿੱਛੇ ਲੱਗਦੀ ਹੁੰਦੀ ਹੈ ਤੇ ਪ੍ਰਮੋਟ ਹੁੰਦੇ ਨੇ ਉਹ ਤਾਂ ਇੱਕ ਵੱਖਰਾ ਹਿਸਾਬ ਆ ਪਰ ਮੈਂ ਕਹਿੰਦਾ ਕਿ ਜਿੱਦਾਂ ਦੀ ਉਹ ਗੱਲਾਂ ਕਰਦਾ ਉਹ ਗੱਲਾਂ ਦੇ ਵਿੱਚ ਦੋ ਹੀ ਤਰ੍ਹਾਂ ਦੇ ਬੰਦੇ ਪ੍ਰਭਾਵਿਤ ਹੋ ਸਕਦੇ ਨੇ ਇੱਕ ਤਾਂ ਉਹ ਜਿਹੜਾ ਨੌਜਵਾਨ ਜਿਹਨੂੰ ਪੰਜਾਬ ਦਾ ਵਿਚਾਰਕ ਧਰਾਤਲ ਨਹੀਂ ਪਤਾ ਇੱਕ ਜਿਹੜਾ ਉਹ ਬੰਦਾ ਜਿਹੜਾ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਂਦਾ ਹੈਗਾ ਕਿਉਂਕਿ ਪਹਿਲਾਂ ਨਾ ਤਾਂ ਸਿੱਖੀ ਨਾਲ ਜੁੜੀਆਂ ਹੋਈਆਂ ਨੇ ਨਾ ਹੀ ਮਤਲਬ ਗੱਲਾਂ ਕਿਸੇ ਇੱਕ ਜਿਹੜਾ ਜਜ਼ਬੇ ਵਾਲਾ ਬੰਦਾ ਨਾ ਕੋਈ ਇਨਕਲਾਬੀ ਜਿਹਨੂੰ ਕਹਿੰਦੇ ਸਪਿਰਿਟ ਵਾਲਾ ਬੰਦਾ ਕਹਿੰਦਾ ਉਹਦੇ ਨਾਲ ਵੀ ਨਹੀਂ ਜੁੜੀਆਂ ਹੋਈਆਂ ਕਿਉਂਕਿ ਜੇ ਮੈਂ ਕਿ ਲੋਕਾਂ ਨੂੰ ਬੜਾ ਸਾਫ਼ ਕਰ ਦੇਣਾ ਚਾਹੁੰਦਾ ਜਿਵੇਂ ਵਾਰ ਵਾਰ ਉਹਨੇ ਕਿਹਾ ਕਹਿੰਦਾ ਉਹਨਾਂ ਨੇ ਵੀ ਇਹ ਸਾਰਾ ਅੰਦੋਲਨ ਤਾਂ ਜੇ ਕਾਲ ਪੁਰਖ ਚਲਾ ਰਿਹਾ ਹੈਗਾ ਇਹਨੂੰ ਇਹਨੂੰ ਤਾਂ ਕੋਈ ਬੰਦਾ ਨਹੀਂ ਚਲਾ ਰਿਹਾ ਕਿਸੇ ਆਗੂ ਦੀ ਲੋੜ ਨਹੀਂ ਕੋਈ ਫਲਾਨਾ ਨਹੀਂ ਮਤਲਬ ਇਹ ਨਾ ਇੱਕ ਤਾਂ ਇਹਦੇ ਵਿੱਚ ਸਿਆਸਤ ਕੀ ਹੈ ਇਹਦੇ ਵਿੱਚ ਪੋਲਿਟਿਕਸ ਇਹ ਹੈਗਾ ਕਿ ਵੀ ਆਗੂਆਂ ਦੀ ਜਿਹੜੀ ਐਗਜ਼ਿਸਟੈਂਸ ਆ ਉਹਨੂੰ ਖਤਮ ਕਰਨੀ ਉਹਨੂੰ ਖਤਮ ਕਰ ਦਿੱਤੀ ਜਾਵੇ ਦੂਜਾ ਸਿੱਖੀ ਚ ਕਦੇ ਵੀ ਨਹੀਂ ਲਿਖਿਆ ਹੋਇਆ ਕਿ ਵੀ ਉਹ ਕੋਈ ਉੱਤੇ ਵਾਲੀ ਸ਼ਹਿ ਚਲਾਈ ਜਾ ਰਹੀ ਹੈਗੀ ਹੈ ਵੀ ਬੰਦੇ ਨੂੰ ਕੁਛ ਕਰਨ ਦੀ ਲੋੜ ਨਹੀਂ ਨਾ ਸਿੱਖੀ ਦੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਤਾਂ ਇਹ ਕਹਿੰਦੇ ਨੇ ਕਿ ਅੱਖਾਂ ਬੰਦ ਕਰਨ ਦੇ ਨਾਲ ਦੁਨੀਆਂ ਰੱਬ ਦਾ ਗਿਆਨ ਤਾਂ ਕੀ ਹੋਣਾ ਦੁਨੀਆਂ ਦਾ ਗਿਆਨ ਬਣੀ ਰਹਿੰਦਾ ਹੈਗਾ ਇੱਕ ਈਵਨ ਇੱਥੋਂ ਤੱਕ ਕਿ ਸਿੱਖੀ ਵਾਲੀ ਸਪਿਰਿਟ ਜਿਹੜੀ ਅਕਾਲ ਪੁਰਖ ਤੱਕ ਜਾਂਦੀ ਆ ਉਹ ਠੀਕ ਹੈ ਕਿ ਉਹ ਨੌਵੇਂ ਗੁਰੂ ਤੱਕ ਜਾਂਦੀ ਹੈ ਜੇ ਆਪਾਂ ਗੁਰੂ ਨਾਨਕ ਸਾਹਿਬ ਨੂੰ ਦੇਖੀਏ ਤਾਂ ਬਿਲਕੁਲ ਬੰਦੇ ਦੀ ਗੱਲ ਕਰਦੇ ਨੇ ਉਹਨਾਂ ਲਈ ਤਾਂ ਬੰਦਾ ਪ੍ਰਮੁੱਖ ਹੈਗਾ ਦੁਨੀਆਦਾਰੀ ਦੇ ਕਨਸੈਪਟ ਦੀ ਉਹ ਇੱਕ ਆਪਣੇ ਢੰਗ ਨਾਲ ਵਿਆਖਿਆ ਕਰਦੇ ਆ ਤੇ ਜਦੋਂ ਨੌਵੇਂ ਗੁਰੂ ਤੱਕ ਵੀ ਇਹ ਵਿਆਖਿਆ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਦੀਪ ਸਿੱਧੂ ਜਾਂ ਅਜਮੇਰ ਸਿੰਘ ਜਿਹੜਾ ਕਰਦਾ ਉਹ ਨਹੀਂ ਹੁੰਦੀ ਹੈਗੀ ਉਹ ਮਤਲਬ ਉਹਨੂੰ ਇੱਕ ਉਹ ਅਕਾਲ ਪੁਰਖ ਨੂੰ ਇੱਕ ਆਪਣੇ ਕੌਨਫੀਡੈਂਸ ਵਜੋਂ ਯੂਜ਼ ਕਰਦੇ ਹੈਗੇ ਨੇ ਵੀ ਬੰਦੇ ਨੂੰ ਕੌਨਫੀਡੈਂਸ ਜਿਹੜਾ ਦੇਵੇ ਪਰ ਉਹ ਕੰਮ ਬੰਦੇ ਨੇ ਕਰਨਾ ਜੇ ਆਹੀ ਕੁਛ ਕਰਨਾ ਹੁੰਦਾ ਫਿਰ ਤਾਂ ਗੁਰੂ ਸਾਹਿਬ ਨੂੰ ਇੰਨੀਆਂ ਸ਼ਹਾਦਤਾਂ ਦੇਣ ਦੀ ਵੀ ਲੋੜ ਹੀ ਨਹੀਂ ਸੀ ਬਿਲਕੁਲ 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 ਤਾਂ ਇਸ ਕਰਕੇ ਨਾ ਇਹ ਮਤਲਬ ਇਹ ਬੰਦਿਆਂ ਨੂੰ ਮਤਲਬ ਇਹ ਇੱਕ ਤਰ੍ਹਾਂ ਨਾ ਇਹ ਵੀ ਇੱਕ ਥੋੜੀ ਬਰੀਕੀ ਨਾਲ ਤੁਸੀਂ ਦੇਖੋ ਜਿਹੜਾ ਸਿੱਖ ਧਰਮ ਦੇ ਵਿੱਚ ਬ੍ਰਾਹਮਣਿਕ ਰੀਤਾਂ ਨੇ ਨਾ ਉਹਨੂੰ ਮਤਲਬ ਐਂਟਰੀ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਨਹੀਂ ਐਂਟਰੀ ਤਾਂ ਦੇਖੋ ਮੇਰੀ ਗੱਲ ਸੁਣੋ ਤੁਹਾਨੂੰ ਇੱਕ ਮੈਂ ਤਾਂ ਇੱਕ ਨਾ ਬਤੌਰ ਪੱਤਰਕਾਰ ਮੈਂ ਤਾਂ ਅਮਰੀਕਾ ਕੈਨੇਡਾ ਦੇ ਦੋ ਤਿੰਨ ਗੁਰੂ ਘਰਾਂ ਦੇ ਵਿੱਚ ਵੀ ਬੋਲਿਆ ਜੀ ਕਿਉਂਕਿ ਪੱਤਰਕਾਰ ਇੱਕ ਆਬਜ਼ਰਵੇਸ਼ਨ ਦਿੰਦਾ ਹੁੰਦਾ ਹੈ ਪੱਤਰਕਾਰ ਓਪੀਨੀਅਨ ਨਹੀਂ ਦਿੰਦਾ ਉਹ ਆਬਜ਼ਰਵੇਸ਼ਨ ਦੱਸਦਾ ਵੀ ਮੇਰੀ ਆਹ ਆਬਜ਼ਰਵੇਸ਼ਨ ਹੈ ਤੁਸੀਂ ਇਹ 'ਤੇ ਵਰਕ ਕਰੋ ਮੈਂ ਇੱਕ ਗੁਰੂ ਘਰ ਦੇ ਵਿੱਚ ਬੋਲਿਆ ਮੈਂ ਕਿਹਾ ਜੀ ਗੱਲ ਸੁਣੋ ਸਾਡੇ ਗੁਰੂ ਬਾਬੇ ਨਾਨਕ ਨੇ ਉਦੋਂ ਦੇ ਐਗਜ਼ਿਸਟਿੰਗ ਸਿਸਟਮ ਜਿਹੜਾ ਉਸ ਸਮੇਂ ਦਾ ਇੱਕ ਸਿਸਟਮ ਸੀ ਉਹਦੇ ਖਿਲਾਫ ਆਵਾਜ਼ ਚੁੱਕੀ ਹੈਲੋ ਹਾਂਜੀ ਮੈਂ ਸੁਣ ਰਿਹਾ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੁੱਕੀ ਆਵਾਜ਼ ਚੁੱਕ ਕੇ ਜਿਹਦੇ ਖਿਲਾਫ ਆਵਾਜ਼ ਚੁੱਕੀ ਉਹਨੂੰ ਤਾਂ ਪੀੜ ਹੋਈ ਨਾ ਉਹਨਾਂ ਤੇ ਬਾਬੇ ਨਾਨਕ ਦੇ ਘਰ ਵੀ ਸੰਨ ਲਾਈ ਤੇ ਉਸੇ ਦਿਨ ਤੋਂ ਉਸ ਸਿਸਟਮ ਦੇ ਬਰਾਬਰ ਇੱਕ ਪੈਰਲ ਸਿਸਟਮ ਚਲਾਇਆ ਸਿੱਖੀ ਇੱਕ ਸਿਧਾਂਤ ਵੀ ਹੈ ਧਰਮ ਦੇ ਨਾਲ ਨਾਲ ਇੱਕ ਸਿਧਾਂਤ ਵੀ ਹੈ ਜਿਉਣ ਜੀਵਨ ਜਾਂਚ ਦਾ ਢੰਗ ਵੀ ਹੈ ਹੁਣ ਮੈਂ ਉੱਥੇ ਕਈ ਬੱਚਿਆਂ ਨੂੰ ਮੈਂ ਜਦੋਂ ਗਿਆ ਉੱਥੇ ਸ਼ਾਹਜਹਾਂਪੁਰ ਬਾਰਡਰ ਮੈਨੂੰ ਪਤਾ ਸੀ ਕਿ ਇਹ ਗੰਗਾਨਗਰ ਦੇ ਬੱਚੇ ਨੇ ਤੇ ਕੁਛ ਮੇਰਾ ਕਿਉਂਕਿ ਗੰਗਾਨਗਰ ਦੇ ਨਾਲ ਇਲਾਕਾ ਲੱਗਦਾ ਮੈਂ
चौथी तक गंगानगर पढ़े हैं, साड़ियाँ रिश्तेदारियाँ ने, सांझ है, वैसे भी आन जान है। उत्ते मैं समझ गया कि एक खास पोलीटिकल पार्टी का भी आधार है, पंजाब की एक पोलीटिकल पार्टी का गंगानगर आधार है। हुण उत्ते आल इंडिया किसान सभा बैठी सी जी, हुण गंगानगर के किसान चल के जयपुर के विच दी होके इस करके उत्ते पहुंचे क्योंकि उन्होंने वड़न का रस्ता नहीं सी दिता गया। जेकर वो आना चाहते तो जेड़े हनुमानगढ़ तो हबोर आते, हबोर तो डबवाली बिजली निकल सकते सी, पर कुछ इलाकों के बिजली यहोजे जिमें आप 26 जनवरी का रस्ता मिसगाइड किया गया, उन्होंने हरियाणे के उन्होंने इलाकों के बिजली कढ़िया गया जिथे कि वह घट गिनती देते तो उन्होंने रोकया गया। फिर वह तांू चढ़ गए जयपुर पहुंचे, जयपुर तो हाईवे 24 लैके वह शाहजहांपुर आ गए। उत्थे आउण सार उत्थे जिहड़े स्थानक लोग सीगे, उत्थों दे स्थानक जिहड़े की कहिंदे किसान नेता सी, उन्हां दे खिलाफ उन्होंने आवाज़ चुकनी शुरू कर दित्ती। इह तां जी लाल झंडे लाई बैठे है, इह तां जी कामरेड है, इह तां जी फलानी है। मैं कहा वीर जदों तुसीं किसे भी इलाके दे विच जाओगे, जेकर हुण सिंघी बार्डर जाओ तां उत्थे दा पंजाब वालिआं दा बहुत टौर टप्पा है, ठीक है जी। जे तुसीं मैं कहा जाओगे तुहाडे अपने की कहिंदे टिकरी बार्डर, उत्थे हरियाणे दो उत्थे चल रहे ने, एक ग्राह ग्रुप का अड स्टेज चल रहा, दूजा स्टेज जिहड़ा टिकरी मैट्रो स्टेशन के थले चल रहा, उत्थे दोहें धिर चल रही ने। तीजा स्टेज साडा जिहड़ा प्रमुख स्टेज है वह हैगा गाजीपुर, हुण गाजीपुर दे विच भी लै लो, पर किसी भी व्यक्ति ने तिना स्टेजा के उत्तों सिख धर्म के जेडे ने रौ रीतां दे कोई किंतु परंतु नहीं किया, क्योंकि उन्होंने वड्डा भरा मान लिया सी तुहानू, क्योंकि तुसीं सानू जगाया है, क्योंकि तुहानू याद होएगा। मैं अज स्पष्ट तौर दे उत्ते कह दिया कि तुहानू तुसीं वी रीकलैक्ट कर लो कि किसान संघर्ष सब तो पहला कमजोर कित्थे होया, यूपी च। उस तो बाद जाट अंदोलन कमजोर कित्थे होया, हरियाणे च। पर वह कहिंदा सी शुक्र है भरावो पंजाब वालिओ तुसीं अगे निकले, असीं तुहाडी इज्जत करदे हां, पर उत्थे नाल तां सानू सारिआं नूं लैके चलना पैणा सी ना। बिल्कुल, उत्थे किसानी मसला सी, रोटी मसला सी, धर्म मसला नहीं सी। जेकर तुहाडे कल्ले घरे रोटी रोजी रोटी है तो धर्म भी चल जाएगा, पर उन्होंने किसी ने इतराज नहीं किया। पर इतराज कदों होया, जदों तुसीं सानू भी इतराज होया कि तुसीं भाई आपका एजेंडा दिओ, तुसीं तां की कहिंदे सिंघू बार्डर ते बैठे रात नूं अगले पासे खड़ के चार बंदिआं दे अगे की कहिंदे आ वीडियो बना के ललकारे मार के रात नूं रिजॉर्ट ते सौं जांदे सी, ते किसान कित्थे सौंदे सी। दिल्ली दे विच तुसीं सिंघू बार्डर दे उत्ते ललकारे मार के रात नूं तुसीं इंडिया गेट दे नाल ली मरीडियन च सौं जांदे सी जी। जी बिल्कुल, असल च ये तो कैटेगरी है जी जिन्हों आप कह लो ना दानियाले साहब भी, ये एक दिन मतलब जिवें बारे हुण कोई खिलाफे भी बहुत सारे ਇਹਦੇ ਨਾਲ ਦੇ ਮਿੱਤਰਾਂ ਨੇ ਕੀਤੇ ਆ ਕਿ ਚੱਜ ਨਾਲ ਬੰਦਾ, ਇਹ ਤਾਂ ਬੰਦਾ ਇਹੋ ਜਿਹਾ ਵੀ ਕਈ ਕਈ ਵਾਰ ਆਪਣੇ ਆਪ ਨੂੰ ਸੈਨੇਟਾਈਜ਼ ਕਰਦਾ, ਫਿਰ ਕਹਿੰਦਾ ਕਿ ਜੇ ਕਿਸੇ ਆਮ ਮਾੜੇ ਝੀੜੇ ਨਾਲ ਹੱਥ ਮਿਲਾ ਲਿਆ ਤੁਹਾਡੇ ਮੇਰੇ ਅਰਗੇ ਨਾਲ, ਕਹੂਗਾ ਕਿ ਮੇਰੇ ਤਾਂ ਇਹ ਗੰਦਾ ਬੰਦਾ ਨੇ ਤਾਂ ਹੱਥ ਲਵੇੜ ਦਿੱਤਾ ਮੇਰਾ, ਉਹਨੂੰ ਵੀ ਸੈਨੇਟਾਈਜ਼ ਕਰੂਗਾ। ਮਤਲਬ ਲੋਕਾਂ ਨਾਲ ਜਿਹੜੇ ਹੋਏ ਲੀਡਰ ਇੱਦਾਂ ਨਹੀਂ ਹੁੰਦੇ, ਉਹਨਾਂ ਨੂੰ ਇੱਦਾਂ ਹੀ ਸੌਣਾ ਪੈਂਦਾ ਜਿਵੇਂ ਉੱਥੇ ਸੌਂਦੇ ਨੇ, ਤੇ ਜਿਵੇਂ ਮਤਲਬ ਲੋਕ ਉੱਥੇ ਸਿੰਘੂ ਬਾਰਡਰ ਜਾਂ ਤੁਹਾਨੂੰ ਟਿਕਰੀ ਬਾਰਡਰ ਆ, ਇੰਨੀ ਇੱਦਾਂ ਸੌਣ ਇੱਕ ਰਾਤ फिल्मी एक्टर है जे उत्थे शरेआम नंगे धड़ नहाता हुंदा ना, जिवें साडे बजुर्ग नहाई जांदे आ उत्थे ठंडे पानी नाल, इहने यूट्यूब उत्ते फेसबुक भर देनी सी उस चीज़ दे नाल। मैं जगिंदर सिंह उगराहां दी इंटरव्यू करन गया सीगा, उहने एक छोटी जी बैठक जी दे विच बैठा है, उदां ही कच्ची जी बैठक हैगी है, ਉਦਾਂ ਹੀ ਮਤਲਬ ਉਹ ਮੰਜੀ ਜੀ ਟੁੱਟੀ ਜੀ ਮੰਜੀ ਹੈ, ਤੇ ਉਹ ਕਈ ਵਾਰ ਉੱਥੇ ਵੀ ਨੀ ਸੌਂਦਾ, ਇੱਕ ਵਾਰ ਨਾਲ ਦੇ ਨੂੰ ਕਹਿੰਦਾ ਚੰਗਾ ਯਾਰ ਤੂੰ ਸੌਂ ਜਾ ਤੇ ਮੈਂ ਥੱਲੇ ਹੀ ਸੌਂ ਜਾਊਂਗਾ। ਮਤਲਬ ਆਹ ਹੁੰਦੇ ਨੇ ਲੋਕਾਂ ਦੇ ਲੀਡਰ, ਬਾਕੀ ਵੀ ਜਿਹੜੇ ਨਹੀਂ ਉਹਨਾਂ ਨੂੰ ਵੀ ਮੈਂ ਦੇਖਿਆ ਹੋਇਆ, ਬਹੁਤ ਨੇੜਿਓਂ ਦੇਖਿਆ ਹੋਇਆ, ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਹੀ ਨੀ ਹੈਗਾ ਕੋਈ ਊਚ ਨੀਚ ਵਾਲਾ ਜਾਂ ਹੋਰ ਕੋਈ ਸਿਸਟਮ ਹੀ ਨਹੀਂ। ਜੇ ਤੁਸੀਂ ਉਹਨਾਂ ਦੀ ਦੇਖੋ ਮੇਰੀ ਗੱਲ ਸੁਣੋ, ਬਾਰਡਰਾਂ ਦੇ ਉੱਤੇ ਜੋ ਜਾਂਦੇ ਨੇ ਉੱਥੇ ਜਰਨੈਲ ਤੇ ਬ੍ਰਿਗੇਡੀਅਰ ਵੀ ਜਿਹੜੇ ਨੇ ਜਵਾਨਾਂ ਵਾਲਾ ਖਾਣਾ ਖਾਂਦੇ, ਉਹਨਾਂ ਲਈ ਅੱਡ ਮੈਸ ਨਹੀਂ ਹੁੰਦੀ।
ਅਦਰਵਾਈਜ਼ ਜੇ ਛਾਉਣੀ ਜਾਓਗੇ ਤਾਂ ਸਾਰਾ ਕੁਛ ਅਲੱਗ ਹੁੰਦਾ। ਸੋ ਇਸ ਤਰ੍ਹਾਂ ਇਹ ਹੈਗਾ ਕਿ ਇਹ ਬੰਦੇ ਨਾ ਚਾਹੁੰਦੇ ਨੇ ਕਿ ਬਿਨਾਂ ਕੁਛ ਕੀਤੇ ਅਸੀਂ ਨਾ ਉਹ ਬਣ ਜਾਈਏ, ਜਿਵੇਂ ਫਿਲਮਾਂ ਵਿੱਚ ਇੱਕ ਜ਼ਿੰਦਗੀ ਜਾਲੀ ਜ਼ਿੰਦਗੀ ਨਹੀਂ ਹੁੰਦੀ ਡੁਪਲੀਕੇਟ। ਇਹ ਜ਼ਿੰਦਗੀ ਨੂੰ ਵੀ ਜਿਹੜਾ ਹੈਗਾ ਨਾ ਆਮ ਜਿਹੜੀ ਸਾਡੀ ਵਿਵਹਾਰਿਕ ਜ਼ਿੰਦਗੀ ਹੈ ਇਹਨੂੰ ਵੀ ਫਿਲਮਾਂ ਵਾਲੀ ਸਮਝਦੇ ਨੇ ਬਈ। ਵਿਵਹਾਰਿਕ ਜ਼ਿੰਦਗੀ ਤੇ ਜਿਹੜੀ ਫਿਲਮਾਂ ਵਾਲੀ ਜ਼ਿੰਦਗੀ ਦੇ ਵਿੱਚ ਫਰਕ ਹੁੰਦਾ। ਵਿਵਹਾਰਿਕ ਜ਼ਿੰਦਗੀ ਵਿੱਚ ਬਥੇਰਾ ਤੁਹਾਡਾ ਜਿਹੜਾ ਹੈਗਾ ਸਕ੍ਰਿਪਟ ਲਿਖੀ ਜਾਂਦੀ ਹੈ, ਜਾਂ ਤੁਸੀਂ ਜਿਹੜਾ ਹੈਗਾ ਉੱਥੇ ਐਕਸ਼ਨ ਕੈਮਰਾ ਕਹਿਣਾ ਹੁੰਦਾ, ਇੱਥੇ ਕੋਈ ਐਕਸ਼ਨ ਕੈਮਰਾ ਨਹੀਂ ਹੁੰਦਾ, ਇੱਥੇ ਯਥਾਰਥ ਨਾਲ ਰੂਬਰੂ ਹੋ ਕੇ ਉਹਦੇ ਵਿੱਚੋਂ ਫਿਰ ਤੁਸੀਂ ਜਿਹੜਾ ਹੈਗਾ ਸੱਚੇ ਜਾਂ ਝੂਠੇ ਸਾਬਤ ਹੁੰਦੇ ਹੋ। ਸੋ ਇਹ ਜਿਹੜਾ ਬੰਦਾ ਇਹਨੂੰ ਸਮਝਦਾ ਨਾ ਵੀ ਮੈਂ ਫਿਲਮਾਂ ਦੇ ਵਿੱਚ ਜਿਵੇਂ ਅਸੀਂ ਅਭਿਨੈ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰ ਲੈਂਦੇ ਹਾਂ, ਇੱਥੇ ਵੀ ਤੁਸੀਂ ਡਰਾਮੇਬਾਜ਼ੀ ਕਰਕੇ ਪ੍ਰਭਾਵਿਤ ਕਰ ਲਓਗੇ, ਨਹੀਂ ਹੁੰਦਾ ਹੈਗਾ। ਜਿਹੜਾ ਬੰਦਾ ਆਪਦੇ ਸਰੀਰ ਦੇ ਉੱਤੇ ਖਰੋਚ ਆਉਣ ਤੋਂ ਡਰ ਕੇ ਸ਼ੂਟਿੰਗ ਛੱਡ ਸਕਦਾ ਹੈ ਵੀ ਮੇਰਾ ਜੀ ਆਹ, ਤੁਹਾਨੂੰ ਪਤਾ ਵੀ ਜਿਹੜੇ ਕਾਲੇ ਜਿਹੇ ਡੰਡੇ ਦੇਖਦੇ ਹੋ ਫਿਲਮਾਂ ਦੇ ਵਿੱਚ, ਅਸਲ 'ਚ ਕੀ ਹੁੰਦੇ ਨੇ ਉਹ? ਅਸਲ 'ਚ ਤਾਂ ਉਹ ਤੁਹਾਡੀ ਆਹ ਜਿਹੜੇ ਚਿੱਟੇ ਜੇ ਉੱਡਦੀ ਜੀ ਹੁੰਦੀ ਹੈ ਜਿਹਦੀਆਂ ਹੁਣ ਪਲੇਟਾਂ ਜਿਹੀਆਂ ਬਣਦੀਆਂ ਥਰਮਾਕੋਲ, ਉਹਨੂੰ ਜੋੜ ਕੇ ਉੱਤੇ ਰੰਗ ਜਿਹਾ ਲਾ ਕੇ ਲਾਇਆ ਹੁੰਦਾ ਅਤੇ ਐਕਟਿੰਗ ਕਰਕੇ ਜ਼ੋਰ ਦੀ ਮਾਰਦੇ ਆ, ਅਤੇ ਜੇ ਉਹ ਕਿਸੇ ਨੇ ਥੋੜ੍ਹਾ ਮੋਟਾ ਨਾਲ ਵੀ ਲੱਗ ਗਿਆ ਤਾਂ ਸ਼ੂਟਿੰਗ ਛੱਡ ਕੇ ਇਹੋ ਜਿਹੇ ਆਪਦੀ ਉਹ ਆਰਮੀ ਵੈਨ 'ਚ ਵੜ ਜਾਂਦੇ, ਮੇਰੇ 'ਤੇ ਡੰਡਾ ਕਿਉਂ ਵੱਜਿਆ? ਬਿਲਕੁਲ ਹਾਂਜੀ। ਪਰ ਦੇਖੋ ਸ਼ਵਿੰਦਰ ਜੀ, ਬੜੀ ਸਿੰਪਲ ਜੀ ਗੱਲ ਆ, ਹੁਣ ਟ੍ਰੋਲਿੰਗ ਚੱਲ ਰਹੀ ਆ, ਮੈਨੂੰ ਵੀ ਬੜੇ ਗਾਲਾਂ ਕੱਢ ਰਹੇ ਨੇ, ਤੁਹਾਨੂੰ ਵੀ ਕੱਢ ਰਹੇ ਨੇ, ਮੈਂ ਦੇਖ ਰਿਹਾ ਸੀਗਾ ਬਖਤੌਰ ਸਿੰਘ ਢਿੱਲੋਂ ਨੂੰ ਵੀ ਕੱਢ ਰਹੇ ਨੇ, ਠੀਕ ਹੈ, ਉਹ ਦੋ ਚਾਰ ਵਿਚਾਰੀਆਂ ਵੈਸੇ ਦੇਖੋ ਕੁੜੀਆਂ ਨੇ ਉਹਨਾਂ ਨੂੰ ਵੀ ਕੱਢੀ ਜਾਂਦੇ ਆ, ਮੈਂ ਹੈਰਾਨ ਹੈ। ਪਰ ਦੇਖੋ ਇੱਕ ਚੀਜ਼ ਇੰਟਰਸਟਿੰਗ ਜੀ, ਦੇਖੋ ਮੈਂ ਕਾਲਸ ਇਨਵਾਈਟ ਕਰਦਾ ਜੀ, 9914106968 9914106968, ਵਟਸਐਪ ਕਾਲ ਨਾ ਕਰਿਓ ਪਲੀਜ਼, ਬੇਨਤੀ ਹੈ ਮੇਰੀ, ਮੈਂ ਵਟਸਐਪ ਕਾਲ ਨਹੀਂ ਲਵਾਂਗਾ ਕਿਉਂਕਿ ਤਿੰਨ ਲਾਈਨਾਂ ਮੇਰੇ ਕੋਲ ਨੇ, ਇੱਕ ਤਾਂ ਸ਼ਵਿੰਦਰ ਜੀ ਨੇ, ਦੋ ਲਾਈਨਾਂ ਦੇ ਉੱਤੇ ਤੁਹਾਨੂੰ ਮੈਂ ਕਾਲ ਕੀਤੀ ਆ। ਜਾਲੀ ਜ਼ਿੰਦਗੀਆਂ ਦੇ ਰਾਹੀਂ ਤੁਸੀਂ ਬੰਦਿਆਂ ਦੇ, ਸਾਡੀ ਜਨਤਾ ਦੇ ਸੈਂਟੀਮੈਂਟਸ ਐਕਸਪਲੋਇਟ ਕਰਦੇ ਹੋ। ਅਸੀਂ ਮੰਨ ਲਿਆ ਤੁਹਾਡਾ ਕੋਈ ਬੀਜੇਪੀ ਨਾਲ ਲਿੰਕ ਨਹੀਂ, ਕਹਿੰਦਾ ਮੇਰਾ ਬੀਜੇਪੀ ਨਾਲ ਲਿੰਕ ਨਹੀਂ, ਅੱਜ ਉਹ ਸਨੀ ਦਿਓਲ ਨੂੰ ਵੀ ਗਾਲਾਂ ਕੱਢ ਰਿਹਾ। ਅਸੀਂ ਮੰਨ ਲਿਆ ਤੁਹਾਡੇ ਨਾਲ ਆਰਐਸਐਸ ਦਾ ਲਿੰਕ ਨਹੀਂ, ਅਸੀਂ ਉਹ ਵੀ ਮੰਨ ਲਿਆ, ਪਰ ਸਾਨੂੰ ਇਹ ਤਾਂ ਕਲੀਅਰ ਕਰ ਦਿਓ ਕਿ ਤੁਹਾਡਾ ਉੱਥੇ ਆਉਣ ਦਾ ਮੰਤਵ ਕੀ ਸੀ, ਕੀ ਪੋਲੀਟੀਕਲ ਪਾਰਟੀ ਸੀ ਕਿ ਪੰਜਾਬ ਦੀ ਸੱਤਾ ਦੇ ਵਿੱਚ ਖਲਾਅ ਹੋਏ ਪੈਦੇ ਨੂੰ ਪੈਦਾ ਜੋ ਖਲਾਅ ਪੈਦਾ ਹੋਇਆ ਉਹਦੇ ਵਿੱਚ ਆਪਦੀ ਭਰਪਾਈ ਕਰਨ ਦੀ ਲਾਲਸਾ ਸੀ ਤੁਹਾਡਾ? ਅਸੀਂ ਇਹ ਸਾਰਾ ਗੱਲ ਮੰਨ ਲੈਂਦੇ ਹਾਂ, ਪਰ ਸਵਾਲ ਇਹ ਹੈ ਕਿ ਤੁਸੀਂ ਜਿਹੜਾ ਕੰਮ ਕੀਤਾ, ਚਲੋ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਲਈ ਬਹੁਤ ਕੁਛ ਛੱਡ ਕੇ ਆਇਆ, ਪਰ ਸਾਡਾ ਸਵਾਲ ਤਾਂ ਹੈ ਨਾ ਵੀ ਜਿਹੜਾ ਤੁਸੀਂ ਕੰਮ ਕਰ ਕੀਤਾ ਹੈ, ਕੋਈ ਮਾੜੀ ਮੋਟੀ ਐਕਟੀਵਿਟੀ ਕੀਤੀ ਵੀ ਆ, ਬੋਲ ਕੇ ਕੀਤੀ ਆ, ਹੋਰ ਕੁਛ ਕਰਕੇ ਕੀਤੀ ਆ, ਉਹ ਐਕਟੀਵਿਟੀ ਦਾ ਫਾਇਦਾ ਕਿਸਾਨ ਅੰਦੋਲਨ ਨੂੰ ਹੋਇਆ ਜਾਂ ਸਰਕਾਰ ਨੂੰ ਹੋਇਆ? ਆਹੀ ਗੱਲ ਹੈ, ਬਿਲਕੁਲ ਬਿਲਕੁਲ, ਕਿਉਂਕਿ ਤੁਸੀਂ ਜਿਹੜਾ ਬੋਲਿਆ ਸਰਕਾਰ ਕਹਿੰਦੀ ਕਿ ਇਹ ਜਿਹੜੇ ਲੀਡਰ ਜਿਹੜੇ ਹੈਗੇ ਨੇ ਇਹਨਾਂ ਦਾ ਅੱਗਾ ਪਿੱਛਾ ਸਾਡੇ ਕੋਲ ਪਿਆ, ਇਹ ਵੀ ਉਹੀ ਬੋਲੀ ਬੋਲੀ ਜਾ ਰਿਹਾ, ਕਹਿੰਦਾ ਇਹ ਲੀਡਰਾਂ ਦਾ ਅੱਗਾ ਪਿੱਛਾ ਮੇਰੇ ਕੋਲ ਪਿਆ। ਹਾਂ, ਸਰਕਾਰ ਕਹਿੰਦੀ ਹੈ ਕਿ ਇਹ ਤਾਂ ਜੀ ਕਾਮਰੇਡ ਇਕੱਠੇ ਹੋਏ ਹੋਏ ਨੇ, ਮਾਓਵਾਦੀ ਇਕੱਠੇ ਹੋਏ ਨੇ, ਇਹ ਵੀ ਇਹੀ ਗੱਲ ਬੋਲੀ ਜਾਂਦਾ ਕਿ ਇਹ ਤਾਂ ਜੀ ਕਾਮਰੇਡ ਇਕੱਠੇ ਹੋਏ ਨੇ। ਹਾਲਾਂਕਿ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੀਆਂ 32 ਜਥੇਬੰਦੀਆਂ ਵਿੱਚੋਂ 20 ਇਹੋ ਜਿਹੀਆਂ ਜਥੇਬੰਦੀਆਂ ਨੇ ਜਿਹਨਾਂ ਦਾ ਕਿਸੇ ਕਾਮਰੇਡ ਨਾਲ ਕੋਈ ਲੈਣਾ ਦੇਣਾ ਨਹੀਂ, ਬਿਲਕੁਲ ਨਹੀਂ ਹੈਗਾ। ਉਹ ਨਹੀਂ, ਗੱਲ ਸੁਣੋ, ਜੇਕਰ ਆਪਾਂ ਗੱਲ ਕਰ ਲਈਏ, ਮੈਂ ਤਾਂ ਬੜੇ ਵਾਰੀ ਆਖਿਆ, ਜੇਕਰ ਸਿਧਾਂਤ ਦੇਖ ਲਈਏ, ਲੈਨਨ ਕਾਮਰੇਡਾਂ ਨੇ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਚੱਕਿਆ, ਅਸੀਂ ਨਹੀਂ ਪ੍ਰਮੋਟ ਕਰ ਸਕੇ, ਉਹ ਸਾਡਾ ਕਸੂਰ ਹੈ। ਜੇਕਰ ਭਾਈ ਕਨਈਆ ਜੀ, ਮੈਂ ਕਹਿੰਦਾ ਕਿ ਭਾਈ ਕਨਈਆ ਜੀ ਇਜ਼ ਫਾਊਂਡਰ ਆਫ ਰੈੱਡ ਕਰੋਸ, ਇਹ ਸਾਡੀ ਕਮਜ਼ੋਰੀ, ਅਸੀਂ ਨਹੀਂ ਕਰ ਸਕੇ ਰੈੱਡ ਕਰੋਸ, ਹੋਰ ਪ੍ਰਮੋਟ ਕਰ ਗਿਆ ਕੋਈ। ਮਤਲਬ ਕਹਿਣ ਦਾ ਕਿ ਸਰਕਾਰ ਜਿਹੜੇ ਜਿਹੜੇ ਦੋਸ਼ ਲਾਉਂਦੀ ਰਹੀ ਨਾ ਕਿਸਾਨ ਲੀਡਰਾਂ ਦੇ ਉੱਤੇ, ਇਹ ਬੰਦਾ ਉਹੀ ਬੋਲੀ ਬੋਲਦਾ ਰਿਹਾ। ਹੁਣ ਜਿਹੜੀ ਲਾਲ ਕਿਲੇ ਵਾਲੀ ਘਟਨਾ, ਕਿਸੇ ਦੀ ਹਿੰਮਤ ਨਹੀਂ ਪਈ ਸੀ ਕਿ ਕਿਸਾਨਾਂ ਦੇ ਉੱਤੇ ਹਮਲੇ ਕਰ ਦੇਵੇ, ਗੁੰਡਿਆਂ ਨੇ ਹਮਲੇ ਕੀਤੇ, ਪੰਜਾਬ ਦੇ ਲੋਕ ਜਿਹੜੇ ਹਰਿਆਣੇ ਤੋਂ ਜਾਣ ਲੱਗੇ ਉਹਨਾਂ ਉੱਤੇ ਹਮਲੇ ਕੀਤੇ, ਫਿਰ ਆਮ ਲੋਕਾਂ ਦੇ ਮਨ ਚ, ਕਿਉਂਕਿ ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀ ਕਿ ਜਿਹੜੇ ਸ਼ਹਿਰੀ ਲੋਕ ਆ ਉਹਨਾਂ ਦੀ ਮਾਨਸਿਕਤਾ ਬਦਲ ਗਈ ਸੀਗੀ, ਬਦਲ ਗਈ ਦੇਖਣ ਲੱਗੇ ਕਿ ਦੇਖੋ ਜੀ ਤੇ ਗਲਤ ਹੋ ਗਿਆ। ਹਾਲਾਂਕਿ ਪਿੰਡ ਨੇ ਜਿਹੜੇ ਹਰਿਆਣੇ ਦੇ ਉਹ ਤਾਂ ਨਾਲ ਖੜੇ ਨੇ, ਕਿਉਂਕਿ ਦੇਖੋ ਉਹਨਾਂ ਨੇ, ਉਹਨਾਂ ਨੂੰ ਪਤਾ ਸੀ। ਦੇਖੋ ਮੈਂ ਇੱਕ ਚੀਜ਼ ਦੱਸਦਾ, ਮੈਂ ਤੁਹਾਨੂੰ ਪਿਛਲੀ ਵਾਰੀ ਵੀ ਗੱਲ ਕੀਤੀ, ਪ੍ਰੋਫੈਸਰ ਜੂਨ, ਅੱਜ ਮੈਂ ਨਾ ਇਜਾਜ਼ਤ ਲੈ ਕੇ ਉਹਨਾਂ ਤੋਂ ਗੱਲ ਕੀਤੀ ਹੈ, ਕਹਿੰਦੇ ਨਾਮ ਲੈ ਦਿਓ ਮੇਰਾ, ਪ੍ਰੋਫੈਸਰ ਜੂਨ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਮੈਨੂੰ ਬਹਾਦਰਗੜ੍ਹ ਦੇ ਇਲਾਕੇ ਆ ਉਹ ਉਹਨਾਂ ਦਾ ਇਲਾਕਾ ਹੈ। ਤੁਸੀਂ ਇਸੇ ਕਰਕੇ ਨੋਟ ਕਰਿਓ ਕਿ ਬਹਾਦਰਗੜ੍ਹ ਕਿਵੇਂ ਸਟੈਂਡ ਕਰ ਰਿਹਾ ਉਸ ਇਲਾਕੇ ਦੇ ਨਾਲ, ਕਿਉਂਕਿ ਇੱਥੇ ਕਮਜ਼ੋਰੀ ਕੀ ਰਹਿ ਗਈ ਕਿ ਸੋਨੀਪਤ ਇਲਾਕੇ ਨੂੰ ਅਸੀਂ ਨਾਲ ਲੈ ਕੇ ਨਹੀਂ ਚੱਲ ਸਕੇ। ਪਰ ਬਹਾਦਰਗੜ੍ਹ ਦੇ ਵਿੱਚ ਇੱਕ ਜੀ ਸੀ, ਉਹ ਕਹਿੰਦੇ ਕਿ ਸਾਡਾ ਸੰਘਰਸ਼ ਕਿਵੇਂ ਫੇਲ ਹੋਇਆ, ਉਹਨਾਂ ਨੇ ਇੱਕ ਇੱਕ ਚੀਜ਼ ਦੱਸੀ, ਉਹੀ ਆਧਾਰ ਬਣਾ ਕੇ ਮੈਂ ਉੱਥੇ ਸਟੇਜਾਂ 'ਤੇ ਬੋਲਿਆ, ਕਿਉਂਕਿ ਦੇਖੋ ਉਹਨਾਂ ਦੇ ਡੰਡੇ ਪਏ, ਉਹਨਾਂ ਨੇ ਕੁੱਟ ਖਾਧੀ, ਪੁਲਿਸ ਨੇ ਕੁੱਟਿਆ ਉਹਨਾਂ ਨੂੰ,
ਉੱਥੇ ਜਾਤੀਵਾਦ ਦੇ ਆਧਾਰਤ ਦੇ ਉੱਤੇ ਠੀਕ ਆ ਉਹ ਜਾਟ ਅੰਦੋਲਨ ਸੀ ਪਰ ਇਹ ਤਾਂ ਕਿਸਾਨ ਅੰਦੋਲਨ ਹੈ ਨਾ ਇੱਥੇ ਤਾਂ ਬ੍ਰਾਹਮਣ ਵੀ ਕਿਸਾਨ ਹੈ ਇੱਥੇ ਸੈਣੀ ਵੀ ਕਿਸਾਨ ਹੈ ਇੱਥੇ ਜਾਟ ਵੀ ਕਿਸਾਨ ਹੈ ਇੱਥੇ ਬਣੀਆਂ ਵੀ ਕਿਸਾਨ ਹੈ ਇੱਥੇ ਸਿੱਖ ਵੀ ਕਿਸਾਨ ਹੈ ਇੱਥੇ ਘੁਮਾਰ ਵੀ ਕਿਸਾਨ ਹੈ ਇੱਥੇ ਤਰਖਾਣ ਵੀ ਕਿਸਾਨ ਹੈ ਜੇਕਰ ਪੰਜਾਬ ਦੇ ਵਿੱਚ ਹੀ ਗੱਲ ਕਰ ਲਈਏ ਇਕੱਲੇ ਜੱਟਾਂ ਦਾ ਨਹੀਂ ਆ ਸਾਡੇ ਬਠਿੰਡੇ ਤੋਂ ਅਤੇ ਸਾਰਾ ਕੀ ਕਹਿੰਦੇ 35 ਕਿਲੋਮੀਟਰ ਦੇ ਪਿੰਡ ਸਿੱਖਾਂ ਵਾਲਾ ਸਾਰਾ ਕੀ ਕਹਿੰਦੇ ਆਪਣੇ ਰਾਮਗੜੀਆ ਬਦਰਾਦਰੀ ਦਾ ਜਿਹਨੂੰ ਪੰਜਾਬੀ 'ਚ ਆਪਾਂ ਤਰਖਾਣ ਕਹਿ ਦਿੰਦੇ ਕਬੂਲ ਸ਼ਾਹ ਪਿੰਡ ਹੈ ਤਰਖਾਣਾਂ ਦਾ ਪਿੰਡ ਹੈ ਸਾਡੇ ਨਾਲ ਪਿੰਡ ਕੀ ਕਹਿੰਦੇ ਆ ਉੱਥੇ ਹਬੋਰ ਦੇ ਇਲਾਕੇ ਦੇ ਵਿੱਚ ਲੈ ਲਓ ਘੁਮਿਆਰਾਂ ਦੇ ਪਿੰਡ ਨੇ ਕਹਿਣ ਨੂੰ ਅਗਲਾ ਕਹਿੰਦਾ ਘੁਮਿਆਰ ਨੇ ਪਰ ਹੈ ਤਾਂ ਮਾਲਕ ਜ਼ਮੀਨਾਂ ਦੇ ਨੇ ਕਿਸਾਨੀ ਕਰਦੇ ਨੇ ਜੇ ਬਾਣੀਆਂ ਦੀ ਗੱਲ ਕਰੀਏ ਤਾਂ ਬਾਣੀਆਂ ਉੱਥੇ ਖੇਤੀ ਕਰਦੇ ਨੇ ਜੇਕਰ ਖੱਤਰੀਆਂ ਦੀ ਗੱਲ ਕਰੀਏ ਤਾਂ ਖੱਤਰੀ ਖੇਤੀ ਕਰਦੇ ਨੇ ਬਿਲਕੁਲ ਜੀ ਇੱਥੇ ਆਪਣੇ ਬ੍ਰਾਹਮਣ ਬਹੁਤ ਸਾਰੇ ਖੇਤੀ ਕਰਦੇ ਨੇ ਬ੍ਰਾਹਮਣ ਜਿਵੇਂ ਆਪਾਂ ਕਹਿ ਲਈ ਈਵਨ ਬਣੀਆਂ ਦੇ ਨਾ ਆਰਨੇਤ ਕੌਣ ਹੈ ਆਪਣਾ ਮੁੰਡਾ ਸਿੰਗਰ ਬ੍ਰਾਹਮਣਾਂ ਦਾ ਮੁੰਡਾ ਖੇਤੀ ਕਰਾਉਂਦਾ ਮਾਨਸਾ ਜ਼ਿਲ੍ਹੇ 'ਚ ਬਿਲਕੁਲ ਸੋ ਇਸ ਕਰਕੇ ਇਹ ਤਾਂ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਦੂਰ ਜਾਣ ਦੀ ਲੋੜ ਨਹੀਂ ਹੈਗੀ ਸੋ ਇਸ ਕਰਕੇ ਨਾ ਜਿਹੜੀ ਤੁਹਾਡੀ ਗੱਲ ਸ਼ਾਇਦ ਤੁਸੀਂ ਅੱਗੇ ਗੱਲ ਕਰੋ ਥੋੜਾ ਗੱਲ ਕਰ ਰਹੇ ਸੀ ਉਹ ਪ੍ਰੋਫੈਸਰ ਦੀ ਗੱਲ ਕਰ ਰਹੇ ਸੀ ਹਾਂ ਮੈਂ ਉਹਨਾਂ ਦੀ ਗੱਲ ਕਰ ਰਿਹਾ ਸੀ ਉਹ ਕਹਿੰਦੇ ਸੀ ਭਾਈ ਦੇਖੋ ਸਾਡਾ ਸੰਘਰਸ਼ ਕਹਿੰਦੇ ਬੜਾ ਆਪਦੀ ਉਧਰ ਪਹੁੰਚ ਰਿਹਾ ਸੀਗਾ ਆਪਣੇ ਮੁਕਾਮ ਵੱਲ ਮੁਕਾਮ ਤੇ ਠੀਕ ਹੈ ਸਾਡੇ ਕਹਿੰਦੇ ਇਸ ਇਲਾਕੇ ਦੇ ਵਿੱਚ ਦੋ ਸ਼ਖਸੀਅਤਾਂ ਨੇ ਸ਼ਹੀਦ ਭਗਤ ਸਿੰਘ ਤੇ ਸਰ ਛੋਟੂ ਰਾਮ ਅਸੀਂ ਕਹਿੰਦੇ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਸੁਣ ਸਕਦੇ ਕੀ ਹੋਇਆ ਉਹਨਾਂ ਨੇ ਮੈਂ ਪਿੰਡ ਦਾ ਨਾਂ ਭੁੱਲ ਗਿਆ ਕਿਉਂਕਿ ਗੱਲਾਂ 'ਚ ਗੱਲ ਚੱਲ ਪਈ ਮੇਰੇ ਕੋਲ ਲਿਖਿਆ ਹੋਇਆ ਉੱਥੇ ਸ਼ਹੀਦ ਭਗਤ ਸਿੰਘ ਦੀ ਤੇ ਸਰ ਛੋਟੂ ਰਾਮ ਦੀਆਂ ਪ੍ਰਤਿਮਾ ਬੁੱਤ ਲੱਗੇ ਹੋਏ ਸੀ ਉਹ ਬੁੱਤ ਤੋੜੇ ਗਏ ਉਹਨਾਂ ਦੇ ਉੱਤੇ ਪਿਸ਼ਾਬ ਕੀਤਾ ਗਿਆ ਨੌਜਵਾਨ ਭੜਕ ਗਏ ਅੱਗ ਜਣੀ ਹੋ ਗਈ ਅਤੇ ਫਿਰ ਤੁਹਾਨੂੰ ਹੀ ਪਤਾ ਉਹ ਕਹਿੰਦੇ ਸਾਨੂੰ ਬਲਾਤਕਾਰੀ ਕਰਕੇ ਕੱਢਿਆ ਸੀ ਧਿਆਨ ਰੱਖਿਓ ਤੁਹਾਨੂੰ ਕਹਿੰਦੇ ਖਾਲਿਸਤਾਨੀ ਬਣਾ ਕੇ ਨਾ ਕੱਢ ਦੇਣ ਬਿਲਕੁਲ ਉਹਨਾਂ ਨੇ ਉਦਣ ਕਹਿਤਾ ਸੀਗਾ ਜਿੱਦਣ ਉਹਨਾਂ ਨਾਲ ਹੋਈ ਮੈਂ 3 ਤਰੀਕ ਨੂੰ 3 ਸਟੇਜਾਂ ਤੇ ਕਿ 4 ਤੇ ਭਾਸ਼ਣ ਦਿੱਤਾ ਜਿਹੜਾ ਤੁਹਾਨੂੰ ਸੁਣ ਰਿਹਾ ਅੱਜ ਕੱਲ੍ਹ ਮੈਂ ਕਿਹਾ ਸੰਭਲ ਲਓ ਤੁਹਾਨੂੰ ਘੇਰਾ ਪੈ ਗਿਆ ਸੰਭਲ ਲਓ 3 ਤੇ 26 ਕਿੰਨੇ ਦਿਨ 23 ਦਿਨ ਬਾਕੀ ਸੀ ਹਾਂਜੀ ਜੀ ਸੋ ਇਸ ਕਰਕੇ ਜਿਹੜਾ ਜਿਹੜਾ ਨਾ ਨੈਰੇਟਿਵ ਸਰਕਾਰਾਂ ਸੈੱਟ ਕਰਦੀਆਂ ਰਹੀਆਂ ਦੀਪ ਸਿੱਧੂ ਉਹਨੂੰ ਵੀ ਫੋਲੋ ਕਰਦਾ ਰਿਹਾ ਜਾਂ ਉਹਦੀਆਂ ਗੱਲਾਂ ਸਰਕਾਰਾਂ ਦੇ ਜਿਹੜੇ ਹੈਗੇ ਆ ਕੀਤੇ ਹੋਏ ਪ੍ਰਵਚਨ ਨਾਲ ਜੁੜਦੀਆਂ ਰਹੀਆਂ ਨੇ ਸੋ ਇਸ ਕਰਕੇ ਸਾਨੂੰ ਤਾਂ ਭਾਈ ਸਮਝ ਨਹੀਂ ਆ ਰਿਹਾ ਜਾਂ ਸਾਨੂੰ ਤਾਂ ਸਮਝਾਵੇ ਉਹ ਵੀ ਉਹਨੇ ਕਿਹੜੀ ਏਡੀ ਕੁਰਬਾਨੀ ਕਰ ਦਿੱਤੀ ਉਹਨੇ ਤਾਂ ਅੰਦੋਲਨ ਦਾ ਨੁਕਸਾਨ ਕੀਤਾ ਹੈਗਾ ਜੇ ਮਤਲਬ ਸੋ ਇਸ ਕਰਕੇ ਨਹੀਂ ਨਹੀਂ ਕੁਰਬਾਨੀ ਕਿਹੜੀ ਸੀ ਦੱਸੇ ਕਿਹੜੀ ਉਹਦੀ ਫਿਲਮ ਜਿਹੜੀ ਸੀਗੀ 100 ਕਰੋੜ ਦੀ ਫਿਲਮ ਫਲੋਰ ਤੇ ਸੀਗੀ ਜਿਹੜੀ ਉਹ ਛੱਡ ਕੇ ਇੱਥੇ ਆ ਗਿਆ ਅੱਜ ਤੱਕ ਦੋ ਤਾਂ ਉਹਦੀਆਂ ਫਿਲਮਾਂ ਬਣੀਆਂ ਨੇ ਐਜ਼ ਹੀਰੋ ਉਹਨਾਂ ਚੋਂ ਪੈਸਾ ਨਹੀਂ ਉਹਨੂੰ ਬਣਿਆ ਦੋ ਫਿਲਮਾਂ ਬਣੀਆਂ ਉਹ ਵੀ ਰੱਦੀ ਫਿਲਮਾਂ ਸੀਗੀਆਂ ਜੀ ਗੱਲ ਇਹ ਹੈਗੇ ਕਿ ਮੰਨ ਲਓ ਕਿ ਜਿਵੇਂ ਅੱਜ ਮੈਂ ਪੱਤਰਕਾਰ ਤੋਂ ਕੱਲ ਨੂੰ ਮੈਂ ਸਿਆਸਤ ਵਿੱਚ ਆਉਣਾ ਤੇ ਮੈਂ ਜਾਂ ਤੁਸੀਂ ਆਉਂਦੇ ਹੋ ਤੁਸੀਂ ਇਹ ਗੱਲ ਤਾਂ ਕਹੋਗੇ ਨਾ ਵੀ ਬੰਦਾ ਕੋਈ ਦੇਖੂਗਾ ਵੀ ਇਹ ਬੰਦੇ ਦਾ ਪੱਤਰਕਾਰੀ ਵਾਲਾ ਕਰੈਕਟਰ ਕਿੱਦਾਂ ਰਿਹਾ ਹੈਗਾ ਤੇ ਭਾਵੇਂ ਕੱਖ ਨਾ ਕਰਿਓ ਸਿਆਸਤ ਵਿੱਚ ਪਰ ਉਹਦੇ ਵਿੱਚ ਇਹ ਹੁੰਦਾ ਵੀ ਇਹਨੇ ਯਾਰ ਪੱਤਰਕਾਰੀ ਐਂ ਜੇ ਕੀਤੀ ਆ ਹੋ ਸਕਦਾ ਇਹਦੇ ਵਿੱਚ ਵੀ ਥੋੜਾ ਠੀਕ ਹੋਊਗਾ ਹੁਣ ਜੇਕਰ ਕੋਈ ਏਡਾ ਹੀ ਵੱਡਾ ਸਿੱਖੀ ਸਿਧਾਂਤ ਵਾਲਾ ਹੋਵੇ ਜਾਂ ਹੋਰ ਗੱਲਬਾਤ ਹੋਵੇ ਤਾਂ ਲੋਕੋ ਇਹ ਐਜ਼ ਏ ਆਰਟਿਸਟ ਵੀ ਰੱਦੀ ਹੈ ਮਤਲਬ ਉੱਥੇ ਵੀ ਨਹੀਂ ਕੁਛ ਕੀਤਾ ਉੱਥੇ ਵੀ ਇਹਨੇ ਕੋਈ ਦੇਖੋ ਜਿਵੇਂ ਹੁਣ ਉਰੇ ਗੱਲਾਂ ਕਰਦਾ ਵੀ ਜੀ ਸਿਸਟਮ ਹੁੰਦਾ ਇੱਕ ਸਟੇਟ ਹੁੰਦੀ ਹੈ ਫਲਾਨਾ ਹੁੰਦਾ ਭਾਈ ਜਿਹੜੀ ਜਿਹੜੀ ਫਿਲਮ ਇੰਡਸਟਰੀ ਉਹ ਤਾਂ ਆਪ ਸਟੇਟ ਦੀ ਦਿੱਲੀ ਹੈ ਉਹਨੂੰ ਕਦੋਂ ਮਰੀ ਸੀਗੀ ਤੂੰ ਤਾਂ ਹਾਲੇ ਵੀ ਜਿਹੜਾ ਚਾਹੁੰਦਾ ਵੀ ਉਹ ਫਿਲਮ ਇੰਡਸਟਰੀ ਨਾਲ ਤੂੰ ਦੋਸਤੀ ਨਹੀਂ ਇੱਥੇ ਆ ਕੇ ਜਦੋਂ ਮੈਂ ਦੇਖਿਆ ਕਈ ਜਗ੍ਹਾ ਤੇ ਨੌਜਵਾਨਾਂ ਨੂੰ ਕਦੇ ਮੇਲ ਮਿੱਤਰ ਦੀ ਗੱਲ ਸੁਣਾ ਦਿੱਤੀ ਕਦੇ ਕੋਈ ਗੱਲ ਸੁਣਾ ਦਿੱਤੀ ਮਤਲਬ ਕਹਿਣ ਦਾ ਕਿ ਇੱਦਾਂ ਤਾਂ ਇਹ ਬੰਦੇ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ ਜੀ ਕੁਛ ਕਾਲਸ ਜਿਹੜੀਆਂ ਮੈਂ ਮਿਸ ਕਰ ਗਿਆ ਸੀ ਗੱਲਾਂ ਦੇ ਵਿੱਚ ਮੇਰਾ ਧਿਆਨ ਗੱਲਾਂ ਦੇ ਵਿੱਚ ਹੋ ਗਿਆ ਸੀ ਕਿਉਂਕਿ ਕੁਛ ਮੈਂ ਖੁਦ ਆਪਣੇ ਆਪ ਬਹੁਤ ਅਪਸੈਟ ਫੀਲ ਕਰ ਰਿਹਾ ਸੀ ਕਿਉਂਕਿ ਜਿੰਨਾ ਕਿਉਂਕਿ ਤੁਹਾਨੂੰ ਪਤਾ ਹੁੰਦਾ ਕਿ ਇਹ ਹਾਲਾਤ ਹੋਣਗੇ ਅਤੇ ਜਦੋਂ ਤੁਸੀਂ ਉਹ ਹਾਲਾਤ ਵਾਪਰ ਜਾਂਦੇ ਆ ਤਾਂ ਤੁਸੀਂ ਖੁਦ ਨੂੰ ਆਪਣੇ ਆਪ ਇੱਕ ਕਲਪ੍ਰਿਟ ਮਹਿਸੂਸ ਕਰਦੇ ਹੋ ਕਿ ਮੈਂ ਇਹ ਹਾਲਾਤਾਂ ਨੂੰ ਰੋਕ ਕਿਉਂ ਨਹੀਂ ਸਕਿਆ ਵੀ ਜੇ ਮੈਂ ਕੁਛ ਹੋਰ ਖੁੱਲ੍ਹ ਕੇ ਬੋਲ ਲੈਂਦਾ ਸ਼ਾਇਦ ਮੈਂ ਰੋਕ ਪਾਉਂਦਾ ਅਸੀਂ ਕਰਦੇ ਰਹੇ ਹਾਂ ਰੇਡੀਓ 'ਤੇ ਗੱਲ ਕਰਦੇ ਰਹੇ ਹਾਂ ਪਰ ਰੇਡੀਓ ਫਿਰ ਵੀ ਇਹ ਨੌਜਵਾਨਾਂ ਦੇ ਵਿੱਚ ਸ਼ਾਇਦ ਉਨੇ ਰੇਡੀਓ ਨਹੀਂ ਸੁਣਦੇ ਜਿੰਨੇ ਸਾਡੇ ਸੰਜੀਦਾ ਵੀਰ ਸੁਣਦੇ ਨੇ ਫੇਸਬੁੱਕ ਦੇ ਉੱਤੇ ਤੁਹਾਨੂੰ ਪਤਾ ਵੀ ਜਿਹੜਾ ਲਲਕਾਰੇ ਮਾਰਦਾ ਉਹਨੂੰ ਵੱਧ ਸੁਣਦੇ ਨੇ ਪਰ ਬੋਲਣਾ ਚਾਹੀਦਾ ਸੀ ਮੈਨੂੰ ਹੋਰ ਖੁੱਲ੍ਹ ਕੇ ਬੋਲਣਾ ਚਾਹੀਦਾ ਸੀ ਸ਼ਿਵਿੰਦਰ ਨੂੰ ਹੋਰ ਖੁੱਲ੍ਹ ਕੇ ਬੋਲਣਾ ਚਾਹੀਦਾ ਸੀ ਬੋਲਣਾ ਚਾਹੀਦਾ ਸੀਗਾ ਹੋਰ ਖੁੱਲ੍ਹ ਕੇ ਆਪਣੇ ਕੀ ਕਹਿੰਦੇ ਆ ਬਖਤੌਰ ਸਿੰਘ ਢਿੱਲੋਂ ਨੂੰ ਅੱਜ ਕਹਿ ਦਿੰਦੇ ਜੀ ਅੱਜ ਬੋਲਣ ਲੱਗ ਪਏ ਤੁਸੀਂ ਸਾਡੇ ਲਿਸਨਰ ਇੱਕ ਵਾਰੀ ਵੀ ਕਹਿ ਦੇਣ ਵੀ ਅਸੀਂ ਜਿੱਦਣ ਦਾ ਸੰਘਰਸ਼ ਚੱਲੇ ਅਸੀਂ ਨਹੀਂ ਕਿਸੇ ਨੂੰ ਆਪਣੇ ਕੀ ਕਹਿੰਦੇ ਅਲਰਟ ਕੀਤਾ ਕਾਲ ਲੈ ਲਈਏ ਜੀ 9164 'ਤੇ ਜੀ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਮੈਂ ਨਾ ਬਾਈ ਜੀ ਤੁਹਾਡੀ ਗੱਲ ਦੇ ਵਿੱਚ ਦੱਸਣਾ ਚਾਹੁੰਦਾ ਸੀਗਾ ਵੀ ਜਦੋਂ ਇਹ ਦੀਪ ਸਿੱਧੂ ਪਿਕਚਰ ਚ ਆਇਆ ਨਾ ਤੇ ਮੈਂ ਨਾ ਉਹਦੇ ਫੇਸਬੁੱਕ ਤੇ ਪੰਜ ਚਾਰ ਇਹਦੇ ਗੱਲਾਂ ਲਿਖਤੀਆਂ। ਮੈਂ ਕਿਹਾ ਕਿਵੇਂ ਪਲਾਂਟ ਹੋ ਗਿਆ ਉਹਨਾਂ ਦੇ 40-40 ਸਾਲ ਦੀ ਘਾਲਣਾ ਕਿਸਾਨ ਲੀਡਰਾਂ ਦੀ, ਉਹ ਬੰਦੇ ਉੱਥੇ ਬੈਠੇ ਆ, ਉਹਨਾਂ ਦੇ ਫੈਸਲੇ ਫਿਰ ਵੀ ਉਹ ਸੋਚ ਸਮਝ ਕੇ ਲੈਂਦੇ ਆ। ਇਹ ਕੱਲ ਦਾ ਉੱਠਿਆ ਜਵਾਕ ਜੀ ਆ ਲੈਂਦਾ, ਇਹਨਾਂ ਨੇ ਨਾ ਬਾਈ ਜੀ ਇਹਨਾਂ ਦੇ ਪੇਜ ਇੰਨੇ ਤਕੜੇ ਜੀ 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 ਕਾਲ ਨਹੀਂ ਕਾਲ ਨਹੀਂ ਕਾਲ ਦੁਬਾਰਾ ਤੋਂ ਕਰੇ ਜੀ 9216106 98 196 10 660। ਅੱਜ ਖੁੱਲ੍ਹ ਕੇ ਗੱਲਾਂ ਕਰੋ, ਜਿੰਨਾ ਸਮਾਂ ਲੱਗਦਾ ਸੀ ਇੱਕ ਅੱਧਾ ਪੌਣਾ ਘੰਟਾ ਤੁਹਾਡੇ ਨਾਲ ਹੋਰ ਲਾਵਾਂਗੇ ਜੀ। ਆਪਣੇ ਇਸ ਗੱਲ ਦੇ ਉੱਤੇ ਅੱਗੇ ਪਾਸੇ ਥੋੜ੍ਹਾ ਜਿਹਾ ਹੋਰ ਚੱਲੀਏ, ਮੀਡੀਆ ਦੀ ਗੱਲ ਕਰ ਲਈਏ ਆਪਾਂ। ਮੀਡੀਆ ਇਸੇ ਤਰ੍ਹਾਂ ਜਿਵੇਂ ਲੀਡਰ ਆਏ ਉਵੇਂ ਮੀਡੀਆ ਉਤਰਿਆ, ਜਿਵੇਂ ਕਿਸਾਨੀ ਸੰਘਰਸ਼ ਦੇ ਵਿੱਚ ਕਹਿੰਦੇ ਉਹਨਾਂ ਨਾਲ ਬਰਸਾਤੀ ਡੱਡੂ ਉਤਰੇ ਉਵੇਂ ਬਰਸਾਤੀ ਮੀਡੀਆ ਵੀ ਉਤਰਿਆ, ਪੱਤਰਕਾਰਾਂ ਦੇ ਮਾਮਲੇ ਦਰਜ ਹੋਏ, ਕਈਆਂ ਨੇ ਪੱਤਰਕਾਰਾਂ ਨੂੰ ਭੜਕਾਇਆ, ਕਈਆਂ ਨੇ ਪੱਤਰਕਾਰਾਂ ਦੇ ਖਿਲਾਫ ਗੱਲ ਕੀਤੀ, ਕਈ ਕਹਿੰਦੇ ਮੈਨੂੰ ਹੀ ਸੁਣੋ ਹੋਰ ਕਿਸੇ ਨੂੰ ਨਾ ਸੁਣੋ, ਮੇਰੇ ਤੋਂ ਸੱਚਾ ਸੁੱਚਾ ਪੱਤਰਕਾਰ ਕੋਈ ਨਹੀਂ ਜੀ। ਜੀ ਦੇਖੋ ਇਹਨੂੰ ਆਪਾਂ ਐਂ ਕਰਦੇ ਹਾਂ ਸਵਰਨ ਜੀ, ਦੋ ਤਿੰਨ ਭਾਗਾਂ ਚ ਵੰਡ ਲੈਂਦੇ ਹਾਂ। ਇੱਕ ਤਾਂ ਆਹ ਪੱਤਰਕਾਰ ਜਿਹੜੇ ਆਪਣੇ ਨਾ ਲੋਕ ਸੰਘਰਸ਼ ਦੇ ਦੌਰਾਨ ਹੁੰਦਾ ਕਿ ਆਪਣੇ ਆਪ ਨੂੰ ਜਿਹੜਾ ਕਹਾਉਂਦੇ ਰਹੇ, ਜਿਹਨੂੰ ਗੋਦੀ ਮੀਡੀਆ ਆਪਾਂ ਕਹਿ ਸਕਦੇ ਇਹਨੂੰ ਪੰਜਾਬੀ ਦਾ, ਤੇ ਉਹਦਾਂ ਦੀ ਇੱਕ ਚੀਜ਼ ਅਸੀਂ ਦੇਖੀਏ ਕਿ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਗੋਦੀ ਮੀਡੀਆ ਦਾ ਕੰਮ ਕੀਤਾ ਆਪਣਾ ਵਿਊ ਲੈਣ ਲਈ, ਆਪਣੇ ਜਿਹਨੂੰ ਕਹਿੰਦੇ ਨੇ ਕਿ ਆਹ ਸਬਸਕ੍ਰਾਈਬਰ ਵਧਾਉਣ ਦੇ ਲਈ, ਉਹਦੇ ਵਿੱਚ ਕੀਤਾ ਕਿ ਦੇਖੋ ਜੀ ਅਸੀਂ ਜੀ ਅਸੀਂ ਤੁਹਾਡੇ ਪ੍ਰੋ ਪੰਜਾਬ ਅਸੀਂ ਹੈ, ਅਸੀਂ ਹੀ ਤੁਹਾਡੇ ਖਾਤਰ ਆਨਲਾਈਨ ਹੁੰਦੇ ਹਾਂ, ਅਸੀਂ ਔਨ ਏਅਰ ਹੁੰਦੇ ਹਾਂ ਤੁਹਾਡੀ ਖਾਤਰ, ਅਸੀਂ ਤੁਹਾਡੇ ਬਹੁਤ ਵੱਡੇ ਜਿਹੜੇ ਦੁੱਖ ਦਰਦ ਦੇ ਵਿੱਚ ਹੈਗੇ ਹਾਂ। ਉਹਨਾਂ ਨੇ ਅਸਲ ਵਿੱਚ ਉਹੀ ਦੇਖੋ, ਜੇ ਤੁਸੀਂ ਇਹੋ ਜਿਹੇ ਹੈਗੇ ਹੋ ਵੀ ਤੁਸੀਂ ਪੂਰੇ ਪੰਜਾਬ ਪੱਖੀ, ਤਾਂ ਤੁਹਾਡਾ ਇਹ ਫਰਜ਼ ਬਣਦਾ ਕਿ ਤੁਸੀਂ ਲੋਕਾਂ ਦੇ ਅਸਲ ਨਾਇਕਾਂ ਨੂੰ ਰੂਬਰੂ ਕਰਾਓ। ਤੁਸੀਂ ਗੈਂਗਸਟਰਾਂ ਨੂੰ ਕਰਾਉਂਦੇ ਰਹੇ ਹੋ, ਤੁਸੀਂ ਦੀਪ ਸਿੱਧੂ ਵਰਗੇ ਨੂੰ ਕਰਾਉਂਦੇ ਰਹੇ ਹੋ, ਕਾਹਦੇ ਲਈ ਵੀ ਵਿਊਆਂ ਪਿੱਛੇ? ਟਾਈਟਲ ਕੁਛ ਹੋਰ ਹੁੰਦਾ ਹੈ, ਖਬਰ ਹੋਰ ਹੁੰਦੀ ਹੈ, ਤੁਸੀਂ ਜਿਹੜਾ ਹੈਗਾ ਵਾ ਦੇਖੋ। ਸਭ ਤੋਂ ਮੈਂ ਇੱਕ ਗੱਲ ਪਹਿਲਾਂ ਵੀ ਕਹੀ ਸੀਗੀ, ਕਈ ਬੰਦੇ ਨੂੰ ਭੁਲੇਖਾ ਵੀ ਜੇਕਰ ਕੋਈ ਬੰਦਾ ਜਾ ਕੇ ਟੀਵੀ ਛੱਡ ਕੇ ਯੂਟਿਊਬ ਉੱਤੇ ਜਾਂ ਫੇਸਬੁੱਕ ਉੱਤੇ ਜਾਂ ਕੋਈ ਹੋਰ ਸਾਧਨ ਤੇ ਕੰਮ ਕਰਨ ਲੱਗ ਗਿਆ ਵੀ ਉਹ ਪ੍ਰੋਗਰੈਸਿਵ ਹੋ ਗਿਆ, ਉਹਦਾ ਮਤਲਬ ਮਾਧਿਅਮ ਬਦਲ ਗਿਆ। ਮੈਂ ਪਹਿਲਾਂ ਵੀ ਕਿਹਾ ਸੀ ਕਿ ਮਾਧਿਅਮ ਬਦਲਣ ਨਾਲ ਤੁਸੀਂ ਰੈਡੀਕਲ ਜਾਂ ਪ੍ਰੋਗਰੈਸਿਵ ਪੱਤਰਕਾਰ ਨਹੀਂ ਹੁੰਦੇ, ਤੇ ਜਿਹੜਾ ਪ੍ਰੋਗਰੈਸਿਵ ਅਦਾਰਾ ਵਾ ਉਹਦੇ ਲਈ ਦੋ ਤਿੰਨ ਗੱਲਾਂ ਧਿਆਨ ਰੱਖਦੀ ਹਾਂ। ਸਭ ਤੋਂ ਪਹਿਲਾਂ ਕਿ ਤੁਹਾਡਾ ਜਿਹੜਾ ਹੈਗਾ ਜਿਹੜਾ ਆਰਥਿਕ ਮਾਡਲ ਕੀ ਹੈਗਾ, ਜਿਹੜਾ ਤੁਹਾਡਾ ਮਾਡਲ ਉਹੀ ਆ ਵੀ ਤੁਸੀਂ ਜਿਹੜਾ ਹੈਗਾ ਕਰਪਸ਼ਨ ਵਾਲਾ, ਤੁਸੀਂ ਜਿਹੜੀਆਂ ਐਡਾਂ ਲੈ ਲੈਣੀਆਂ ਜੀ, ਕਿਸੇ ਯੂਨੀਵਰਸਿਟੀ ਦੀ ਐਡ ਫੜ ਲਈ, ਕਿਤੇ ਬਾਹਰੋਂ ਐਡਾਂ ਮੰਗਾ ਲਈਆਂ, ਵੱਡੀਆਂ ਵੱਡੀਆਂ ਤਕੜੀਆਂ ਐਡਾਂ ਮੰਗਾ ਲਈਆਂ, ਛੋਟੀਆਂ ਨੀ ਤਕੜੀਆਂ ਐਡਾਂ, ਫਿਰ ਤੁਸੀਂ ਵਿਊ ਪਿੱਛੇ ਵਿਊ ਲੈਣ ਪਿੱਛੇ ਆਪਣੀਆਂ ਖਬਰਾਂ ਕਰਨੀਆਂ, ਤਾਂ ਤੁਸੀਂ ਲੋਕ ਪੱਖੀ ਨਹੀਂ। ਦੂਜਾ ਮਾਡਲ ਇੱਕ ਹੋਰ ਹੈ ਜਿਹੜੇ ਮਾਡਲ ਨੂੰ ਕੁਝ ਹੱਦ ਤੱਕ ਤੁਸੀਂ ਵੀ ਫੋਲੋ ਕਰਦੇ ਹੋ ਤੇ ਮੈਂ ਵੀ ਕਰਦਾ, ਉਹ ਹੈਗਾ ਵੀ ਲੋਕਾਂ ਦੇ ਕੋਲੋਂ ਸਹਾਇਤਾ ਲੈਣੀ, ਡੋਨੇਸ਼ਨ, ਬਿਲਕੁਲ, ਛੋਟੀਆਂ ਐਡਸ ਲੈਣੀਆਂ, ਮਤਲਬ ਜੇ ਮੰਨ ਲਓ ਕਿ ਕੋਈ ਛੋਟਾ ਮੋਟਾ ਬਿਜ਼ਨਸ ਹੋ ਗਿਆ ਉਹ ਲੈ ਲਿਆ, ਕਿਉਂਕਿ ਆਪਣੇ ਅਰਬੀ ਹੁੰਦੇ ਨੇ, ਜਦੋਂ ਵਿਚਾਰਿਆਂ ਨੂੰ ਪ੍ਰੋਬਲਮ ਆ ਜਾਂਦੀ ਹੈ ਫਿਰ ਆਪਾਂ ਨੂੰ ਵੀ ਆ ਜਾਂਦੀ ਹੁੰਦੀ ਆ। ਹਾਲਾਂਕਿ ਮੈਂ ਤਾਂ ਇਹਦੇ ਉੱਤੋਂ ਵੀ ਅੱਗੇ ਕਦਮ ਪੁੱਟਿਆ, ਮੈਂ ਛੋਟੀ ਐਡ ਵੀ ਨਹੀਂ ਲੈਂਦਾ ਹੈਗਾ, ਮੈਂ ਲੋਕਾਂ ਦੀ ਲੈਂਦਾ। ਮਤਲਬ ਤੁਹਾਡੇ ਕੋਲ ਆਰਥਿਕ ਮਾਡਲ ਕਿਹੜਾ ਹੈਗਾ ਇਹ ਆ। ਸੈਕਿੰਡ ਜਿਹੜੀ ਗੱਲ ਹੁੰਦੀ ਆ ਕਿ ਤੁਸੀਂ ਲੋਕਾਂ ਜਿਹੜੀ ਤੁਸੀਂ ਜ਼ੋਰ ਲਾ ਰਹੇ ਹੋ ਉਹ ਪ੍ਰੋ ਪੀਪਲ ਕਿੰਨਾ ਜਾ ਰਿਹਾ, ਉਹ ਜੇ ਕੋਈ ਵਾਰ ਲੋਕ ਸੰਘਰਸ਼ ਚੱਲ ਰਿਹਾ ਤੁਸੀਂ ਉਹਨੂੰ ਢਾਲ ਲਾਉਣ ਵਾਲੀ ਤਾਂ ਨੀ ਪੱਤਰਕਾਰੀ ਕਰਦੇ? ਇਹਦੇ ਵਿੱਚ ਤਾਂ ਦੋਵਾਂ ਦੀ ਖੇਡ ਕਰਕੇ ਖੇਡਾਂ ਹੁੰਦੀਆਂ ਰਹੀਆਂ, ਇੱਕ ਤਾਂ ਆਹ ਲੋਕ ਨੇ ਤੇ ਦੂਜਾ ਜਿਹੜਾ ਇਹ ਬਿਲਕੁਲ ਗੋਦੀ ਮੀਡੀਆ ਦੇ ਪੂਰਕਾ ਜਿਹੜਾ ਕਿਸਾਨ ਅੰਦੋਲਨ ਨੂੰ ਜਿਵੇਂ ਬਦਨਾਮ ਕਰ ਰਿਹਾ। ਅੱਛਾ ਹੁਣ ਇੱਕੋ ਪੱਤਰਕਾਰ ਨੇ ਜਿਹੜੇ ਸੱਚੀ ਮੁੱਚੀ ਲੋਕਾਂ ਨੂੰ ਜਗਾਉਂਦੇ ਹੈਗੇ ਨੇ, ਲੋਕਾਂ ਲਈ ਕੰਮ ਕਰਦੇ ਨੇ, ਉਹਨਾਂ ਨੂੰ ਸਰਕਾਰਾਂ ਤੰਗ ਵੀ ਕਰਦੀਆਂ। ਹੁਣ ਖਬਰਾਂ ਦੋ ਕਈ ਆ ਗਈਆਂ ਆਪਣੇ ਕੋਲ, ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ ਹੀ ਦੋ ਦਿਨ ਹੋ ਚੁੱਕੇ ਨੇ, ਭਾਰਤ ਦੇ 6 ਪੱਤਰਕਾਰਾਂ ਦੇ ਉੱਤੇ, ਇੱਕ ਪੋਲੀਟੀਸ਼ੀਅਨ ਤੇ 5 ਪੱਤਰਕਾਰ। ਆਪਾਂ ਇਹਨਾਂ ਦੇ ਉੱਤੇ ਗੱਲ ਥੋੜਾ ਜਿਹਾ ਰੁੱਕ ਕੇ ਕਰਾਂਗੇ, ਪੱਤਰਕਾਰਾਂ ਤੇ ਕਿੰਨੇ ਪਰਚੇ ਦਰਜ ਹੋਏ, ਪੋਲੀਟੀਸ਼ੀਅਨ ਤੇ ਕਿਤੇ ਹੋਏ। ਪਹਿਲੀ ਕਾਲ ਲੈਂਦੇ ਜੀ 9216106 10 660 ਤੇ ਜੀ। ਜੀ ਆਨ ਏਅਰ ਹਾਂ ਬਾਈ ਜੀ, ਮੈਂ ਆਨ ਏਅਰ ਹਾਂ ਜੀ। ਜੀ 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 ਹਾਂ। ਅੱਛਾ ਬਾਈ ਜੀ, ਮੇਰਾ ਨਾਮ ਹੈਗਾ ਇੰਦਰਜੀਤ ਸਿੰਘ, ਬਲਖੰਡੀ ਪਿੰਡ ਆ ਮੇਰਾ, ਬੁਕਸਰ ਦੇ ਨਾਲ। ਮੈਂ ਨਾ ਤੁਹਾਨੂੰ ਇਹ ਗੱਲ ਦੱਸਣਾ, ਅੱਗੇ ਮੇਰੀ ਗੱਲ ਕੱਟੀ ਗਈ ਸੀ ਵੀ ਚਲੋ ਕੋਈ ਨੀ ਅੱਗੇ। ਉਹ ਨਾ ਜਦੋਂ ਵੀ ਅਸੀਂ ਨੈਲਸਿਸ ਕਰਦੇ ਸੀ ਵੀ ਦੀਪ ਸਿੱਧੂ, ਅਸੀਂ ਕਿਸਾਨ ਯੂਨੀਅਨ, ਮੈਂ ਉੱਥੇ 10 ਦਿਨ ਰਹਿ ਕੇ ਆਇਆ ਬਾਈ ਜੀ, ਅਸੀਂ ਉੱਥੇ ਅਸੀਂ ਕਹਿੰਦੇ ਸੀ ਵੀ ਇਹਨਾਂ ਨੇ ਨਾ ਇੱਕੋ ਇੱਕ ਫੰਡਾ ਬਣਾਇਆ ਵਾ ਵੀ ਜਿਹੜੇ ਕਿਸਾਨਾਂ ਦੇ ਐਕਚੁਅਲ ਲੀਡਰ ਆ ਉਹਨਾਂ ਦੀ ਭੰਡੀ ਪ੍ਰਚਾਰ ਤੇ ਕਿਵੇਂ ਨਾ ਕਿਵੇਂ ਦੀਪ ਸਿੱਧੂ ਨੂੰ ਅੱਗੇ। ਅੱਛਾ
ਮੇਰੇ ਨਾਲ ਬਾਹਰ ਰਹਿੰਦੇ ਜਿਹੜੇ ਭੈਣ ਭਰਾ ਉਹਨਾਂ ਦਾ ਬਹੁਤ ਵੱਡਾ ਰੋਲ ਆ, ਉਹ ਇੰਨੀ ਸਪੋਰਟ ਕਰਦੇ ਆ ਦੀਪ ਸਿੱਧੂ ਦੇ ਨਾਂ ਦੀ, ਸਾਰਿਆਂ ਦੀ ਨਹੀਂ, ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ, ਹੈਗੇ ਦੋ ਚਾਰ ਵਿੱਚ ਹੈਗੇ ਕਈ ਵਿੱਚ ਬਈ, ਪਰ ਉਹਨਾਂ ਦੇ ਪੰਜ ਪੰਜ ਦਸ ਦਸ ਪੇਜ ਬਣਾਏ ਵੀ ਨੇ ਪਰ ਪਰਸਨ ਦੇ, ਹਾਂ ਪੇਜ ਬਣਾ ਕੇ ਉਹ ਸਾਨੂੰ ਬਹੁਤ ਪੁੱਠਾ ਸਿੱਧਾ ਬੋਲਦੇ ਸੀ, ਹਮੇਸ਼ਾ ਇਹ ਕਹਿੰਦੇ ਰਹੇ ਵੀ ਜਿਹੜਾ ਕਿਸਾਨ ਘੋਲ ਆ, ਆਪਾਂ ਨਿਰੋਲ ਕਿਸਾਨੀ ਦੀ ਗੱਲ ਕਰਨ ਇੱਥੇ ਆਏ ਆ, ਆਪਣਾ ਨਹੀਂ ਹੱਕ ਬਣਦਾ ਜਿਹੜੀਆਂ ਤੁਸੀਂ ਮੰਗਾਂ ਚੱਕੀ ਫਿਰਦੇ ਹੋ, ਇਹ ਇਸ ਪੀੜ੍ਹੀ ਨੇ ਪਿੱਛੇ ਛੱਡਤੀਆਂ ਆਲਰੇਡੀ, ਮੇਰੀ ਉਮਰ 40 ਸਾਲ ਆ ਬਾਈ ਜੀ, ਅਸੀਂ ਪਿੱਛੇ ਛੱਡ ਚੁੱਕੇ ਇਹਨਾਂ ਗੱਲਾਂ ਨੂੰ, ਅਸੀਂ ਕਹਿੰਦੇ ਵੀ ਅਸੀਂ ਅੱਜ ਕਿਸਾਨੀ ਘੋਲ ਜੇ ਅਸੀਂ ਉੱਥੇ ਜਿੱਤਦੇ ਹਾਂ ਤਾਂ ਸਾਰੇ ਆਲ ਵਰਲਡ ਚ ਸਾਡੀ ਗੱਲ ਸੁਣੀ ਜਾਣੀ ਆ ਜੀ, ਬਿਲਕੁਲ ਬਿਲਕੁਲ, ਆਪਣੇ ਆਪਣੇ ਵੀ ਸਿਰ ਉੱਚਾ ਹੋ ਜਾਣਾ, ਅਸੀਂ ਐਸਟੈਬਲਿਸ਼ ਹੋ ਗਏ, ਅਸੀਂ ਖਾਲਸਾ ਰਾਜ ਕਰੇਗਾ ਖਾਲਸਾ ਅਰਦਾਸ ਚ ਰੋਜ਼ ਕਹਿੰਦੇ ਆ, ਪਰ ਅਸੀਂ ਕਹਿੰਦੇ ਵੀ ਜੇ ਘੋਲ ਜਿੱਤਾਂਗੇ ਉਹ ਸਾਡਾ ਰਾਜ ਕਰੇਗਾ ਖਾਲਸਾ, ਨਾ ਕਿ ਅਸੀਂ ਕਿਸੇ ਨਾਲ ਛਿੱਤਰ ਕੁੱਟ ਕਰਕੇ ਲੜ ਕੇ ਘੁਲ ਕੇ, ਜੋ ਬਾਈ ਜੀ ਇਹਨੇ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਆ ਨਾ, ਇਹ ਤਾਂ ਪ੍ਰਮਾਤਮਾ ਕਰੇ ਤੁਹਾਡੇ ਵਰਗੇ ਕੋ ਬਹੁਤ ਸੌਹਰਦ ਵੀਰ ਆ ਜਿਹੜੇ ਪੱਤਰਕਾਰੀ ਸਹੀ ਕਰਦੇ ਆ, ਉਹਨਾਂ ਨੇ ਇਹਨੂੰ ਪੁੰਜੇ ਲਾਇਆ, ਨਹੀਂ ਤਾਂ ਬਾਈ ਜੀ ਇਹ ਕੋਈ ਕਸਰ ਨਹੀਂ ਛੱਡੀ ਸੀ ਇਹਨੂੰ ਸਾਡੇ ਸਿਰਤਾਂ ਤੇ ਪਾਉਣ ਲਈ, ਇੰਨਾ ਭੜਕਾਤਾ ਸੀ। ਮਿਹਰਬਾਨੀ ਜੀ, ਮਿਹਰਬਾਨੀ ਮਿਹਰਬਾਨੀ ਜੀ, ਗੱਲ ਦੂਜੀ ਲੈਣ ਦਿਓ ਮੈਨੂੰ ਵੀਰ ਜੀ ਨੂੰ। ਹਾਂਜੀ 98-98-149 ਤੇ ਜੀ ਵੀਰ ਜੀ, ਭਰਾਵਾਂ ਨੂੰ ਜੀ, ਕੌਣ ਸਾਹਿਬ ਬੋਲ ਰਹੇ ਜੀ, ਕਿੱਥੋਂ ਬੋਲ ਰਹੇ? ਮੈਂ ਹਰਮੇਲ ਤਾਂ ਗੱਲ ਬੋਲਦਾ ਬਾਈ ਜੀ। ਜੀ ਬਾਈ ਜੀ ਹਰਮੇਲ ਜੀ, ਪਿੰਡ ਚੈਕ ਤੋਂ। ਬਾਈ ਜੀ ਮੈਂ ਨਾ ਇੱਕ ਇਸ ਚੀਜ਼ ਤੋਂ ਮੈਂ ਬਹੁਤ ਹੈਰਾਨ ਹਾਂ, ਜਿਵੇਂ ਮਤਲਬ ਇਹਨਾਂ ਨੇ ਗੱਲ ਮੁੱਦੇ ਨੂੰ ਛੋਹਿਆ ਹੀ ਆ, ਮੈਂ ਵੀ ਉਹ ਵੀ ਗੱਲ ਕਰਨੀ ਸੀਗੀ ਤੁਹਾਡੇ ਨਾਲ ਕਿ ਜਦੋਂ ਹੁਣ ਜਿਹੜੇ ਸਾਡੇ ਬੁੱਧੀ ਜੀ ਦਾ ਵਰਗ ਹੈਗਾ ਜਾਂ ਇਹ ਚਲੋ ਦੀਪ ਸਿੱਧੂ ਸੀਗਾ ਆਪਾਂ ਉਹਦਾ ਹੈਗਾ ਮਸਲਾ, ਉਹਦਾ ਮਤਲਬ ਕਿ ਇਹਨਾਂ ਨੇ ਜਿਹੜੀ ਸਾਡੀ ਜਵਾਨੀ ਉਹ ਛੇਤੀ ਮਤਲਬ ਹੋ ਜਾਂਦੀ, ਤੁਹਾਨੂੰ ਪਤਾ ਵੀ ਉਹਨਾਂ ਦਾ ਤੱਤਾ ਖੂਨ ਹੈ ਨਾ, ਤੱਤਾ ਖੂਨ ਹੁੰਦਾ ਜੀ, ਅਸੀਂ ਜਦੋਂ ਕੋਈ ਗੱਲ ਦੇ ਰਾਤ ਨੂੰ ਉੱਥੇ ਜਿਹੜਾ 25 ਤਰੀਕ ਨੂੰ ਹੋ ਰਿਹਾ ਸੀ ਉੱਥੇ ਸਾਰਾ ਹਨਾ ਜਲਸਾ, ਥੋੜਾ ਜਿਹਾ ਸਾਡੇ ਜਿਹੜੇ ਲੀਡਰ ਆ ਉਹਨਾਂ ਨੂੰ ਏਡਾ ਕਿੰਨਾ ਕਿ ਡਰ ਆ ਜਾਂ ਕੀ ਸੀਗਾ ਕਿ ਗੋਲੀ ਮਾਰ ਦੇਣਗੇ ਉਹਨਾਂ ਨੂੰ, ਉਹ ਚਾਰ ਬੰਦੇ ਲੈ ਕੇ ਜਿਹੜੇ ਲੱਖੇ ਨੂੰ ਜਾਂ ਹੋਰ ਕਿਸੇ ਬੰਦੇ ਨੂੰ ਵੀ ਜਿਹੜਾ ਬੰਦਾ ਸੀ ਜਾਂ ਹੋਰ ਕਿਸੇ ਕੋਈ ਬੰਦੇ ਇਹਨਾਂ ਦੇ ਵਿੱਚ ਕੰਟੈਕਟ ਦੇ ਵਿੱਚ ਸੀਗੇ ਜਾਂ ਕੋਈ ਪੱਤਰਕਾਰ ਵੀ ਨੀ ਸੀਗੇ ਜਿਹਦੇ ਵਿੱਚ ਕੋਈ ਗੱਲਬਾਤ ਕਰਦੇ ਆ, ਕਿ ਭਾਈ ਯਾਰ ਤੁਸੀਂ ਇਹ ਕੰਮ ਨਾ ਕਰੋ, ਪੁੱਠਾ ਕੰਮ ਜਿਹੜਾ ਕੋਈ ਗੱਲਬਾਤ ਹੈਗੀ ਆ ਅਸੀਂ ਉਸ ਗੱਲ ਨੂੰ ਵੀ ਸਾਨੂੰ ਸਿੱਧੇ ਪਾਸੇ ਲੈ ਲੈਣ ਦੇ, ਇੱਕ ਵਾਰੀ ਉਦੋਂ ਬਾਅਦ ਤੁਸੀਂ ਜਿਹੜਾ ਕੁਛ ਕਰਨਾ ਕਰ ਲਿਓ। ਦੂਜੀ ਗੱਲ ਮੈਂ ਕਰਦਾ ਜੀ, ਹੁਣ ਚਲੋ ਉਦੋਂ ਬਾਅਦ ਜਿਹੜਾ ਉੱਥੇ ਹੋ ਗਿਆ ਨਿਸ਼ਾਨ ਸਾਹਿਬ ਦੇ, ਹੁਣ ਤੁਸੀਂ ਵੀ ਦੇਖਿਆ ਸਾਰੇ ਚੈਨਲਾਂ ਤੇ ਗੱਲਬਾਤ ਚੱਲ ਰਹੀ ਆ, ਹੋਰ ਜਿਹੜੇ ਆਪਣੇ ਹਿੰਦੂ ਪੱਤਰਕਾਰ ਵੀਰ ਵੀ ਰਵੀਸ਼ ਕੁਮਾਰ ਵਰਗੇ ਵੀ ਅਵਿਸ਼ਾਰ ਆਇਆ, ਹੋਰ ਮੈਂ ਬਹੁਤ ਸਾਰਿਆਂ ਨੂੰ ਸੁਣਦਾ, ਉਹ ਸਾਰੇ ਬੰਦੇ ਮਤਲਬ ਕਰ ਰਹੇ ਕਿ ਨਿਸ਼ਾਨ ਸਾਹਿਬ ਚੜਿਆ, ਕਿਉਂ ਸਾਡੇ ਬੁੱਧੀ ਚ ਵੀ ਕਿਉਂ ਨੀ ਬੋਲ ਰਹੇ ਉਸ ਚੀਜ਼ ਦੇ ਵਿੱਚ ਵੀ ਜਿਹੜਾ ਗਲਤੀ ਕੀਤੀ ਉਹ ਬੰਦੇ ਨੂੰ ਵੀ ਫੜੋ ਜਾਂ ਜੋ ਕੁਛ ਕਰਨਾ ਤਾਂ। ਤੇ ਤੀਜੀ ਗੱਲ, ਜਿਵੇਂ ਪੱਤਰਕਾਰ ਭਾਈਚਾਰੇ ਲਈ ਆ ਕੋਈ ਗੱਲਬਾਤ ਕਰਦੇ ਆ ਉਹ, ਜਾਂ ਆਹ ਹੁਣ ਜਿਵੇਂ ਇੰਟਰਨੈਟ ਬੰਦ ਕੀਤਾ ਜਾਂ ਇਹਨਾਂ ਮਤਲਬ ਸਟੇਟ ਧੱਕਾ ਕਰ ਰਹੀ ਆ, ਉਹ ਸਾਡੇ ਬੰਦੇ ਜਿਹੜੇ ਮੂੰਹ ਚ ਕਿਉਂ ਮਤਲਬ, ਬਹੁਤ ਸਾਰੇ ਬੰਦੇ ਹੈਗੇ ਜਿਹੜੇ ਬੋਲ ਵੀ ਰਹੇ ਆ ਚੰਗੇ ਬੰਦੇ, ਜਾਂ ਪੱਤਰਕਾਰ ਵੀ ਬਹੁਤ ਸਾਰੇ ਬੰਦੇ ਹੈਗੇ ਆ ਭਰਾ ਜਾਂ ਤੁਸੀਂ ਲੱਗੇ ਹੋਏ ਹੋਰ ਵੀ ਆ, ਤਾਂ ਕੀ ਡਰ ਹੈਗਾ ਇਹਦੇ ਵਿੱਚ, ਕਿਉਂ ਨੀ ਬੋਲ ਰਹੇ ਕਿ ਕਿਉਂ ਇੱਕ ਬੰਦਾ ਗਲਾ ਘੁੱਟ ਰਿਹਾ ਹੈਗਾ? ਬਿਲਕੁਲ ਬਿਲਕੁਲ, ਮੈਂ ਬਿਲਕੁਲ ਧੰਨਵਾਦ ਜੀ, ਦੇਖੋ ਜੀ ਵੀ ਮੈਂ ਤੁਹਾਡੀ ਗੱਲ ਸਮਝ ਗਿਆ, ਮੈਂ ਤੁਹਾਡੀ ਗੱਲ ਸਮਝ ਗਿਆ, ਮੈਂ ਤਾਂ ਕੱਟਿਆ। ਸ਼ਿਵਿੰਦਰ ਜੀ, ਇੱਕ ਬੜੀ ਇੰਟਰਸਟਿੰਗ ਚੀਜ਼ ਹੈ, ਭਾਈ ਸਾਹਿਬ ਕਹਿੰਦੇ ਕਿ ਸਾਡੇ ਲੀਡਰ ਕਿਉਂ ਨਹੀਂ ਬੋਲ ਰਹੇ ਇਸ ਦੇ ਉੱਤੇ, ਕਈ ਵਾਰੀ ਕੀ ਚੀਜ਼ ਹੁੰਦੀ ਹੈ ਕਿ ਸਾਡੇ ਲਈ ਰਵੀਸ਼ ਕੁਮਾਰ ਬੋਲ ਰਿਹਾ ਉਹਨੂੰ ਜ਼ਿਆਦਾ ਲੋਕ ਤਵੱਜੋ ਨਾਲ ਸੁਣਨਗੇ, ਅਸੀਂ ਆਪਦੀਆਂ ਸਫਾਈਆਂ ਦਿੰਦੇ ਹਾਂ ਸਾਡੀ ਕਿਸੇ ਨੇ ਨਹੀਂ ਸੁਣਨੀ, ਕਈ ਵਾਰੀ ਹੁੰਦਾ ਅਸੀਂ ਸਫਾਈਆਂ ਦਿੰਦੇ ਹਾਂ ਤਾਂ ਅਗਲਾ ਕਹਿੰਦਾ ਕਿ ਝੂਠਾ ਵੱਧ ਸਫਾਈਆਂ ਦਿੰਦਾ, ਜੋ ਸਾਡੇ ਲਈ ਕੋਈ ਹੋਰ ਸਫਾਈਆਂ ਦਿੰਦਾ ਫਿਰ ਅਸੀਂ ਸੁਣਦੇ ਹਾਂ। ਮਸਲਾ ਤਾਂ ਮਸਲਾ ਕੀ ਸੀਗਾ, ਮਸਲਾ ਇਹ ਹੈ ਸਾਨੂੰ ਵੀ ਪਤਾ ਕੁਛ ਨਹੀਂ ਗਲਤ ਹੋਇਆ, ਮੀਡੀਆ ਦੇ ਵਿੱਚ ਵੀ ਪਤਾ ਕੋਈ ਗਲਤ ਨਹੀਂ ਹੋਇਆ, ਇਹ ਵੀ ਕਲੀਅਰ ਹੈ। ਮੀਡੀਆ ਦੇ ਲੋਕ ਜਿਹੜੇ ਆਫ ਰਿਕਾਰਡ ਗੱਲ ਕਰਦੇ ਉਹ ਕਹਿੰਦੇ ਕੋਈ ਗਲਤ ਨਹੀਂ ਹੋਇਆ, ਪਰ ਹਾਲਾਤ ਗਲਤ ਪੈਦਾ ਕੀਤੇ ਗਏ, ਕਿਉਂਕਿ ਅਸੀਂ ਕਿਸਾਨ ਸੰਘਰਸ਼ ਦੀ ਗੱਲ ਕਰ ਰਹੇ ਸੀ। ਜੇ ਕਿਸੇ ਦਿਨ ਵਿਜੇ ਦਿਵਸ 'ਤੇ ਆਉਂਦੇ, ਜਿੱਦਣ ਅਸੀਂ ਮਨਾਉਣੇ ਹੈ ਉੱਥੇ ਬਾਬਾ ਜੀ ਦਾ ਜਿਨ੍ਹਾਂ ਨੇ ਲਾਲ ਕਿਲ੍ਹਾ ਜਿੱਤਿਆ ਸੀ, ਉੱਦਣ ਤਾਂ ਝੰਡਾ ਫਹਿਰਾਉਣਾ ਹੀ ਆ, ਉੱਦਣ ਚੱਲ ਵੜਦੇ ਆਪਾਂ ਲੱਖਾਂ ਦੀ ਗਿਣਤੀ ਦੇ ਵਿੱਚ। ਹਾਂਜੀ, ਮੈਂ ਤਾਂ ਸ਼ੁਰੂ ਤੋਂ ਗੱਲ ਐਂ ਕਹਿੰਦਾ ਆ ਰਿਹਾ, ਤੁਹਾਨੂੰ ਯਾਦ ਹੋਣਾ ਸਾਡੇ ਸਰੋਤਿਆਂ ਨੂੰ ਵੀ ਇਹ ਮੇਰੇ ਲਈ ਕੋਈ ਮਸਲਾ ਹੀ ਨਹੀਂ ਹੈਗਾ, ਇਹ ਝੰਡਾ ਕੇਸਰੀ ਲਹਿਰਾਉਣਾ ਜਾਂ ਨਾ ਲਹਿਰਾਉਣਾ, ਮੇਰੇ ਲਈ ਮਸਲੇ ਕੁਛ ਹੋਰ ਨੇ ਜਿਹਦੀ ਮੈਂ ਗੱਲ ਕਰਦਾ ਆ ਰਿਹਾ। ਵੀ ਤੁਹਾਡੇ ਵੱਲੋਂ ਚੁੱਕਿਆ ਹੋਇਆ ਸਟੈਪ ਹੈ ਜਿਹੜਾ ਝੰਡਾ ਲਹਿਰਾਉਣ ਵਾਲਾ, ਉਹ ਝੰਡਾ ਲਹਿਰਾਉਣ ਵਾਲਾ ਸਟੈਪ ਕਿਹਨੂੰ ਤਕੜਾ ਕਰਦਾ? ਕੀ ਸਾਡੇ ਅੰਦੋਲਨ ਨੂੰ ਤਕੜਾ ਕਰਦਾ ਜਾਂ ਸਰਕਾਰ ਦੇ ਵੱਲੋਂ ਕੀ ਜਿਹੜਾ ਪੈਦਾ ਕੀਤੇ ਨੈਰੇਟਿਵ ਨੂੰ ਤਕੜਾ ਕਰਦਾ? ਅਸੀਂ ਦੇਖਿਆ ਕਿ ਇਹ ਸਰਕਾਰ ਦੇ ਨੈਰੇਟਿਵ ਨੂੰ ਉਹਨੇ ਤਕੜਾ ਕੀਤਾ। ਦੇਖੋ, ਝੰਡਾ ਲਹਿਰਾਉਣਾ ਆਪਣੇ ਆਪ 'ਚ ਕੋਈ ਵੱਡੀ ਗੱਲ ਨਹੀਂ, ਗੁਨਾਹ ਨਹੀਂ, ਕਿਉਂਕਿ ਜਦੋਂ ਅਸੀਂ ਬਘੇਲ ਸਿੰਘ ਦਾ 60 ਸਾਲਾਨਾ ਦਿਨ ਮਨਾਉਂਦੇ ਹਾਂ ਉਦੋਂ ਲਾਲ ਕਿਲ੍ਹੇ 'ਤੇ ਲਹਿਰਾਇਆ ਜਾਂਦਾ, ਸਰਕਾਰੀ ਝਾਕੀ ਦੇ ਵਿੱਚ ਵੀ ਇਹ ਕੇਸਰੀ ਝੰਡਾ ਸੀਗਾ, ਅਸੀਂ ਬਾਰਡਰਾਂ ਦੇ ਉੱਤੇ ਵੀ ਕੇਸਰੀ ਝੰਡੇ ਲਹਿਰਾਉਣੇ ਆ, ਬਾਰਡਰਾਂ ਦੇ ਉੱਤੇ ਲਹਿਰਾਉਂਦੇ ਆ, ਇੱਥੋਂ ਤੱਕ ਕਿ ਸਾਡੇ ਪ੍ਰਧਾਨ ਮੰਤਰੀ ਮੰਤਰੀ ਵੀ ਜਿਹੜਾ ਕੋਈ ਧਾਰਮਿਕ ਸਮਾਗਮਾਂ 'ਚ ਜਾਂਦੇ ਆ ਉਹ ਪਟਕੀ ਬੰਨਦੇ ਨੇ, ਕੇਸਰੀ ਬੰਨਦੇ ਨੇ, ਉਹ ਫੌਜ ਮੂਵਮੈਂਟ ਹੁੰਦੀ ਆ ਜਿਹੜੇ ਟਰੱਕ ਦੇ ਵਿੱਚ ਗੁਰੂ ਮਹਾਰਾਜ ਸਾਡੇ ਸੁਸ਼ੋਭਿਤ ਹੁੰਦੇ ਨੇ ਉੱਥੇ ਕੇਸਰੀ ਝੰਡਾ ਲੱਗਦਾ।
खेती बिल वापस करा ले तुसी ये काम करके जो सरकार ने थोड़े सरकार ठप्पा ला रही थी सरकार कह रही थी खालिस्तानी संघर्ष है झट को मीडिया कह लग गया भी देखो जी खालिस्तानी ने अपना काम कर दिता सरकार कह रही थी गुरपतवंत पन्नू जी कह रहा वा भी जिहड़ा केसरी झंडा जां खालिस्तानी झंडा लहराऊगा 2.5 करोड़ देऊंगा डॉलर देवांगे ਤੇ ਆਹ ਦੇਖੋ ਜੀ ਇਹਨਾਂ ਨੇ ਆ ਕੰਮ ਉਹੀ ਕੰਮ ਕਰਤਾ ਜਿਹਦੇ ਬਾਰੇ ਅਸੀਂ ਰੌਲਾ ਪਾ ਰਹੇ ਸੀਗੇ ਮਤਲਬ ਤੁਸੀਂ ਇਹ ਚੂਕ ਹੈ ਜਦੋਂ ਜਿਹੜੀ ਲੜਾਈਆਂ ਲੜੀਆਂ ਜਾਂਦੀਆਂ ਤੁਸੀਂ ਜੋ ਕਹਿ ਰਹੇ ਸੀ ਉਹਨੂੰ ਸੱਚ ਕਰਤਾ ਨਾ ਕਹਿਣ ਤੋਂ ਬਾਅਦ ਸਿੱਧੀ ਗੱਲ ਹੈ ਸੱਚ ਕਰ ਦਿੱਤਾ ਹਾਂ ਤੇ ਜਿਹੜੀਆਂ ਲੜਾਈਆਂ ਲੜੀਆਂ ਜਾਂਦੀਆਂ ਉਹਦੇ ਵਿੱਚ ਬਹੁਤ ਕੁਝ ਦੇਖਣਾ ਪੈਂਦਾ ਵੀ ਦੁਸ਼ਮਣ ਨੂੰ ਇਧਰੋਂ ਨਾ ਮੌਕਾ ਮਿਲ ਜੇ ਇਧਰੋਂ ਨਾ ਮਿਲ ਜੇ ਇਹ ਸਾਰਾ ਕੰਮ ਦੇਖੋ ਜਦੋਂ ਅਸੀਂ ਕਹਿੰਦੇ ਹਾਂ ਵੀ ਸਟੇਟ ਦੀ ਮਿਲੀ ਭੁਗਤ ਨਾਲ ਹੋਇਆ ਤੇ ਜਿਹੜੇ ਬੰਦੇ ਅੱਗੇ ਲੱਗ ਕੇ ਕਰ ਰਹੇ ਸੀਗੇ ਦੀਪ ਸਿੱਧੂ ਐਂਡ ਕੰਪਨੀ ਉਹ ਸਟੇਟ ਨੂੰ ਰਾਹ ਸੌਖਾ ਕਰ ਰਹੇ ਸੀਗੇ ਸਿੱਧੀ ਗੱਲ ਹੈ जी एक ब्रेक ले लीए फिर आप गल करांगे किन्ने पत्रकारां ते मामले दर्ज हुए की को होया सो एक छोटी जी ब्रेक फिर हाजिर होने जुड़े रहो रेडियो पंजाब टुडे डीडी 15 चलांदे जा पेकार मैक्स फोर्स कमिंस आईएसएक्स वॉल्वो मर्सिडीज स्प्रिंटर जेही मोटर होवे तेल होर ओरिजिनल फिल्टर ता चेंज कराना ही आ आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे ही हो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश होके परतोगे मान लो 519-622-0660 519-622-0660 QTL because we care we truck you ओए मेरे वीर मैनू बस एक गल दस भी आ जेडी तू ट्रैवलिंग करदा ओदे तो बाद फ्रेश रहना एदा राज की है एदा राज है अर्लिंगटन फ्यूल स्टॉप अर्लिंगटन फ्यूल स्टॉप 1801 पाइनियर स्ट्रीट हाईवे एग्जिट 208 ते जिथे तुहानू फ्री कॉफी फ्री फैक्स सर्विस फ्री ट्रक पार्किंग रोटी ठेका लॉन्ड्री शावर ते ट्रकां दा होर भी सामान आसानी नाल मिलेगा हुणे कॉल करो 360-652-6066 यानी 360-652-6066 ए दो लोकेशनां तो सेवावां प्रदान करदे ने सेकंड लोकेशन लॉस्ट हिल ट्रैवल सेंटर 14814 एलोम स्ट्रीट लॉस्ट हिल्स फोन नंबर 661-797-2344 ओ यार की सुपने देखे सी कनेडा आने तो पहला ओ सुपने पूरे करने हैं ता ड्रीम लाइनर एक्सप्रेस वाले नु कॉल कर जी हाँ ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर दी लोड़ है इन्हां कोल कैलगरी अल्बर्टा तो कैलिफोर्निया ते एरिजोना दे सिद्धे रन इन्हां कोल ड्राई ते रीफर लोड भी है होम रिटर्न विद इन 5 डेज बाई वीकली ते चंगी तनखाह दिंदे आ और हाँ सिंगल ते टीम्स दोनों नूं हायर करदे ने वधेरे जानकारी लई कॉल 403-404-9501 403-404-9501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ लैंडस्केपिंग अते निर्माण कारज चल रहे ने तेजी नाल इस तो पहला कि सारे प्लाट बुक हो जान संपर्क करो 855-600-2064 अते 85560-0271 ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जां quicktrucklube.com QTL बिकॉज वी केयर JB Truck Repair, Yuba City, Certified Cummins, Detroit Freightliner, Western Star, Volvo, Caterpillar, ਅਤੇ Series 60 Engines, International ਅਤੇ Automatic Transmissions, 5 ਸਾਲ ਦਾ Freightline Dealership ਦਾ Experience, ਇਹ Engine, Truck, Trailer, AC, Electrical, DPF, DEF Repair ਕਰਦੇ ਹਨ, Transmission, Rear End, Brakes, Oil Change ਕਰ ਦਿੰਦੇ ਹਨ, Certified 90 Day DOT Inspection ਅਤੇ Certified Annual Federal DOT Inspection
ਇਨਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। एड्रेस 3894 रेल रोड एवेन्यू यूबा सिटी। इत्थे हुण ट्रकां दे यूज्ड ते ब्रांड न्यू टायर भी मिलदे हन। मैं क्या जी, मेरे नाल चलो। किथे जाना? जिम? जिम नहीं जाना, अपा जाना है वेट मैनेजमेंट प्रोग्राम वालियां कोल, जिन्हां दी लोकेशन एशलैंड ते मार्क्स ते आ। ओ भगवान, चंगी भली तां है। की हो गया तेरे वेट नूं? मेरी सहेली दीपी ते उहदे घर वाले ने 20-20 पाउंड वेट कटा लिया। ओ जिंदर, जिहड़ा ट्रक चलाउंदा आ, ओ जे ओहदा भार घट सकदा ते दुनिया दे विच किसे दा भी भार घट सकदा। आ चाबी चक ते चल चलिए। वधिया होया भार कटाओ, हजारां बीमारियां तो छुटकारा पाके सेहतमंद हो जाओ। 94 देशां विच हो चुका सफल वेट मैनेजमेंट प्रोग्राम। तुहाडे लई लैके आए ने रणजीत सिंह सैनी, जिन्हां कोलों मिलदी है 100% कुदरती ते सुरक्षित दुनिया दी नंबर 1 पौष्टिक खुराक। अज ही कॉल करके उन्हां नाल अपॉइंटमेंट बनाओ। फोन नंबर 5087827700 ते उन्हां दा पता है 371 वेस्ट एशलन एवेन्यू फ्रेजनो। जसी आ की असि पहुंच भी गए, तुसी हले तैयार नहीं होए। जाना नहीं जसमीत होरां दी पार्टी च? तैयार की होवां, प्रीत दे पापा ता आए नहीं। क्यों, की हो गया? होना की आ, ਉਹਨਾਂ ਨੂੰ ਤਾਂ ਆਪਣੇ ਪਿਆਰੇ ਟਰੱਕ ਦੀਆਂ ਸਮੱਸਿਆਵਾਂ ਤੋਂ ਹੀ ਵੇਲ ਨਹੀਂ ਮਿਲਦੀ। ਘਰੇ ਤਾਂ ਆਉਣਾ ਨਹੀਂ, ਜਦੋਂ ਦੇਖੋ ਖਰਾਬ ਹੀ ਰਹਿੰਦਾ। ਅਕਾਲ ਟਰੱਕ ਐਂਡ ਟ੍ਰੇਲਰ ਕੈਨੇਡਾ ਵਾਲਿਆਂ ਦਾ ਨਹੀਂ ਪਤਾ ਹੋਣਾ ਉਹਨੂੰ, ਤਾਂ ਹੀ ਇੰਨਾ ਟਾਈਮ ਵੇਸਟ ਕਰਦਾ। ਉਹਨੂੰ ਅੱਜ ਹੀ ਕਹਿ ਕਿ ਅਕਾਲ ਟਰੱਕ ਤੇ ਟ੍ਰੇਲਰ ਵਾਲਿਆਂ ਦੇ ਜਾ ਤੇ ਆਪਣੇ ਟਰੱਕ ਨੂੰ 9x9 ਬਣਾ। जी हाँ, अकाल ट्रक एंड ट्रेलर सेंटर विनिपेग कैनेडा, जेडे हर तरह दी मेजर ते माइनर ट्रक एंड ट्रेलर रिपेयर कर दे हैं, DOT सेफ्टी इंस्पेक्शंस कर दे हैं। ए हर तरह दी ब्रेका दे काम तो लेके सस्पेंशन, टायर इंस्टॉलेशन, इलेक्ट्रिक एंड डायग्नोस, रीबिल्ड ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल कर दे हैं जी। ए MPI अप्रूव्ड ने, और हाँ, ए सीजनल सर्विसेज भी प्रोवाइड कर दे हैं। 24 घंटे 7 दिन दी सर्विसेज लाई ते वधेरे जानकारी लई कॉल करो 204-408-2000 या फिर कॉल करो 204-770-0460। प्रोग्राम ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਸ਼ਿਵਿੰਦਰ ਜੀ ਨਾਲ ਆਪਾਂ ਅੱਗੇ ਚੱਲੀਏ, ਕਾਲ ਲੈ ਲਈਏ 9214-10-666 ਤੇ ਤੁਸੀਂ ਆਉਂਦੇ ਰਹੋ ਜੀ। ਸਤਿ ਸ੍ਰੀ ਅਕਾਲ। ਹਾਂਜੀ, ਜਿੰਨਾ ਵੀ ਰਹਿੰਦੇ ਸਤਿ ਸ੍ਰੀ ਅਕਾਲ ਜੀ। ਮੈਂ ਆਪਣੇ ਜਗਦੇਵ ਸਿੰਘ ਬੋਲਦਾ ਸੀ ਇੱਥੇ ਕੈਲਗਰੀ ਤੋਂ ਜੀ। ਵੈਲਕਮ ਜੀ ਜਗਦੇਵ ਸਿੰਘ ਜੀ। ਹਾਂਜੀ ਹਾਂਜੀ, ਆਪਣੇ ਵੀ ਜਿਹੜਾ ਦੀਪ ਸਿੱਧੂ ਦਾ, ਤਾਂ ਆਪਾਂ ਨੂੰ ਸਾਰਿਆਂ ਨੂੰ ਵੀ ਪਤਾ ਲੱਗ ਚੁੱਕਿਆ ਵੀ ਜੋ ਇਸ ਕਿਸਾਨ ਸੰਘਰਸ਼ ਨੂੰ ਧਾਰ ਲਾ ਕੇ ਜਿਹੜੀ ਮਤਲਬ ਸਿੱਖਾਂ ਦੀ ਪੱਗ ਨੂੰ ਰੋਲਣ ਦੀ ਉਹਨੇ ਪੂਰੀ ਕੋਸ਼ਿਸ਼ ਕੀਤੀ, ਪਰ ਇਹਦੇ ਉੱਤੇ ਜਿਹੜਾ ਜੀ ਆਪਣੇ ਐਡੀ ਸਤਿਕਾਰ ਜੋ ਸ਼ਖਸੀਅਤ ਆ ਰਵੀ ਸਿੰਘ ਖਾਲਸਾ, ਉਹਨਾਂ ਨੇ ਜਿਹੜੀ ਫੇਸਬੁੱਕ ਤੇ ਪੋਸਟ ਪਾ ਕੇ ਤੇ ਤੁਹਾਡਾ ਜਿਹੜਾ ਆਉਣ ਵਾਲਾ ਨੌਜਵਾਨ ਲੀਡਰ ਆ ਲੱਖਾ ਸਿਧਾਣਾ ਤੇ ਦੀਪ ਸਿੱਧੂ, ਇਹਦੇ ਬਾਰੇ ਕਮੈਂਟ ਕਰੋ, ਦੱਸੋ ਜੀ ਇਹਨੇ ਮਤਲਬ ਇਹਦੇ ਬਾਰੇ ਕੀ ਇਹ ਮਤਲਬ ਸਿੱਧ ਕਰਨਾ ਚਾਹੁੰਦਾ ਜੀ, ਮਾੜਾ ਇਹਦੇ ਬਾਰੇ ਮੈਨੂੰ ਥੋੜਾ ਜਿਹਾ। ਬਹੁਤ ਤਕੜਾ ਸਵਾਲ, ਬਹੁਤ ਅੱਛਾ ਸਵਾਲ ਸ਼ਿਵਿੰਦਰ ਜੀ। ਅੱਜ ਦਾ ਸਭ ਤੋਂ ਵੱਡਾ ਤਕੜਾ, ਸਾਡੀ ਸਭ ਤੋਂ ਸਨਮਾਨਿਤ ਸ਼ਖਸੀਅਤ ਸਰਦਾਰ ਰਵੀ ਜੀ। ਬਿਲਕੁਲ, ਦੇਖੋ ਇਹਦੇ ਵਿੱਚ ਗੱਲ ਇਹ ਹੈਗੀ ਹੈ ਕਿ ਜਿਹੜਾ ਰਵੀ ਹੋਣਾ ਨੇ ਨਾ 2-3 ਵਾਰ ਏਦਾਂ ਦੀ ਗੱਲ ਕੀਤੀ ਹੈ ਜਿਹਦੇ ਵਿੱਚ ਜਿਵੇਂ ਉਹ ਦੀਪ ਸਿੱਧੂ ਦੇ ਹੱਕ ਚ, ਲੱਖਾਂ ਸਿਧਾਣਾ ਦੇ ਹੱਕ ਦੇ ਵਿੱਚ, ਈਵਨ ਇੱਥੋਂ ਤੱਕ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਇੱਕ ਕਿਸਾਨ ਲੀਡਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਵੀ ਕਿਹਾ, ਆਨਲਾਈਨ ਗੱਲਬਾਤ ਕਰਦੇ, ਵੀ ਤੁਸੀਂ ਇਹਨਾਂ ਨੂੰ ਆਪਣੇ ਨਾਲ ਰੱਖੋ, ਮਤਲਬ ਇਹਨਾਂ ਲੀਡਰਾਂ ਨੂੰ ਆਪਣੇ ਆਪਣੀ ਕਮੇਟੀ ਚ ਰੱਖ ਲਓ, ਫਲਾਨਾ ਰੱਖ ਲਓ ਵਗੈਰਾ ਵਗੈਰਾ। ਦੇਖੋ ਖਾਲਸਾ ਏਡ ਦੇ ਕੰਮਾਂ ਤੋਂ ਅਸੀਂ ਸਾਰੇ ਜਿਹੜੇ ਜਾਣੂ ਆ ਕਿ ਉਹ ਇੱਕ ਸੱਚੀ ਮੁੱਚੀ ਉਹ ਕੰਮ ਕਰਦੇ ਨੇ ਜਿਹੜੇ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦੇ ਨੇ। ਇਹਦੇ ਵਿੱਚ ਕੋਈ ਸ਼ੱਕ ਨੀ ਹੈਗਾ, ਕੋਈ ਦੋ ਰਾਏ ਨੀ ਹੈਗੇ, ਪਰ ਹੁਣ ਮਸਲਾ ਹੈਗਾ ਕਿ ਕਿਸੇ ਬੰਦੇ ਦਾ ਨਿਸ਼ਕਾਮ ਸੇਵਾ ਕਰਨੀ ਦੁਨੀਆਦਾਰੀ ਨੂੰ ਸਮਰਪਿਤ ਹੋ ਕੇ ਕਰਦੇ ਨੇ ਉਹ, ਉਹਨਾਂ ਨੂੰ ਉਹ ਇਹ ਨੀ ਸੋਚਦੇ ਵੀ ਕੌਣ ਚੋਰ, ਕੌਣ ਸਾਧ, ਕੌਣ ਡਾਕੂ, ਭਾਈ ਕਨਈਆ ਜੀ ਵਾਂਗੂ, ਵੀ ਜੋ ਜ਼ਖਮੀ ਹੈ ਉਹ ਜ਼ਖਮੀ ਹੈ, ਉਹ ਦੁਨੀਆਂ ਨੀ ਦੇਖਦੇ ਹੁੰਦੇ। ਸਵਾਲ ਇਹ ਹੈਗਾ ਕਿ ਕਿਸੇ ਕੋਈ ਬੰਦੇ ਦਾ ਇਮਾਨਦਾਰ ਹੋਣਾ,
ਜਾਂ ਫਿਰ ਉਹ ਵਧੀਆ ਹੋਣਾ, ਇਹ ਜ਼ਰੂਰੀ ਨਹੀਂ ਵੀ ਉਹਦੀ ਵਿਚਾਰਧਾਰਕ ਤੌਰ ਤੇ ਵੀ ਉਹ ਇੰਨਾ ਸਿਆਣਾ ਹੋ ਜਾਊਗਾ ਜਾਂ ਪੋਲੀਟੀਕਲੀ ਹੋ। ਆਹੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਰਵੀ ਸਿੰਘ ਖੁਰਾ ਦੀ ਹੈ, ਕਿਉਂਕਿ ਦੇਖੋ ਮੈਂ ਉਰੇ ਤੁਹਾਡੇ ਕੋਲ ਬੈਠਾ ਗੱਲਾਂ ਕਰ ਰਿਹਾ ਹੈਗਾ ਤੇ ਹੋ ਸਕਦਾ ਤੁਹਾਨੂੰ ਮੇਰੇ ਵਿਚਾਰ ਬਹੁਤ ਵਧੀਆ ਲੱਗਣ, ਪਰ ਜੇ ਐਜ਼ ਏ ਪਰਸਨ ਮੈਨੂੰ ਮਿਲੋ ਤਾਂ ਮੈਂ ਵਧੀਆ ਦਾ ਬੰਦਾ ਨਾ ਹੋਵਾਂ। ਮੈਂ ਤੁਹਾਨੂੰ ਬਹੁਤ ਵਧੀਆ ਬੰਦਾ ਲੱਗਾ ਤੁਸੀਂ ਮੈਨੂੰ ਮਿਲੋ ਨੇੜੇ ਆ ਕੇ, ਤੇ ਜੇ ਤੁਸੀਂ ਮੇਰੇ ਵਿਚਾਰ ਜਾਣੋ ਤੁਸੀਂ, ਕਿਉਂਕਿ ਬੰਦੇ ਨੂੰ ਤਾਂ ਪੋਲੀਟੀਕਲ ਸੋਚ ਜਮਾ ਹੀ ਨਹੀਂ ਹੈਗੀ। ਹਾਂ, ਸੋ ਇਸ ਕਰਕੇ ਇਹ ਦੋਵੇਂ ਗੱਲਾਂ ਹੋ ਸਕਦੀਆਂ। ਅਸੀਂ ਜਦੋਂ ਕੋਈ ਬੰਦਾ ਮਤਲਬ ਬਹੁਤ ਅੱਛਾ, ਅਸੀਂ ਇਹ ਆਸ ਕਰਦੇ ਹੁੰਦੇ ਹਾਂ ਕਿ ਬੰਦਾ ਬਈ ਹਰ ਪਾਸਿਓਂ ਪਰਫੈਕਟ ਹੋਵੇ, ਪਰ ਇੱਦਾਂ ਹੁੰਦਾ ਨਹੀਂ ਹੈਗਾ ਹੈ। ਤੇ ਇਹੀ ਪ੍ਰੋਬਲਮ ਨਹੀਂ, ਨਾਲੇ ਹੁਣ ਮੇਰੀ ਗੱਲ ਸੁਣੋ, ਕੇਜਰੀਵਾਲ ਨੂੰ ਲੋਕ ਪੰਜਾਬ ਦੇ ਲੋਕਾਂ ਨੇ ਰੱਬ ਦਾ ਰੂਪ ਮੰਨਿਆ। ਮੈਂ ਉੱਥੇ ਗਿਆ, ਰੇਡੀਓ ਤੋਂ ਬੋਲੇ, ਮੈਨੂੰ ਛਿੱਤਰ ਨਹੀਂ ਪਏ, ਬਾਕੀ ਕਸਰ ਕੋਈ ਨਹੀਂ ਰਹੀ। ਉਹੀ ਬੰਦੇ ਹੁਣ ਕਹਿਣ ਲੱਗੇ ਪਏ ਵੀ ਤੁਸੀਂ ਸਹੀ ਸੀ। ਆਪਾਂ ਦੀਪ ਸਿੱਧੂ ਲੱਖੇ ਸਿਧਾਣੇ ਬਾਰੇ ਗੱਲ ਕੀਤੀ, ਲੱਖਾਂ ਸਿਧਾਣਾ ਤਾਂ ਹਰੇ ਕੁਛ ਬਚਿਆ ਹੋਇਆ, ਦੀਪ ਸਿੱਧੂ ਬਹੁਤੇ ਲੋਕਾਂ ਨੂੰ ਸਹੀ ਉਜਾਗਰ ਹੋ ਗਿਆ। ਹੁਣ ਉਹ ਕਹਿੰਦੇ ਨਹੀਂ, ਤੁਸੀਂ ਥੋੜ੍ਹਾ ਜਿਹਾ ਖੁੱਲ੍ਹ ਕੇ ਬੋਲਦੇ ਨਾ, ਸ਼ਾਇਦ ਵਾਲੀ ਗੱਲ ਆ ਗਈ। ਹੁਣ ਅਸੀਂ ਤਾਂ ਲੱਖੇ ਸਿਧਾਣੇ ਬੋਲ ਰਹੇ ਹਾਂ ਵੀ ਉਹਦਾ ਵੀ ਜਿਹੜੀ ਇੱਕ ਚਾਹਤ ਹੈ ਉਹ ਵੀ ਸਿਆਸਤ ਹੈ। ਅੱਜ ਮੈਂ ਇਹੀ ਗੱਲ ਖੁੱਲ੍ਹ ਕੇ ਕਹਿ ਦਿੰਦਾ ਕਿ ਲੱਖਾਂ ਸਿਧਾਣੇ ਦੀ ਚਾਹਤ ਵੀ ਇੱਕ ਸਿਆਸਤ ਹੈ। ਪੰਜਾਬ ਦੇ ਵਿੱਚ ਸਿਆਸੀ ਖਲਾਅ ਜਿਹੜਾ ਪੈਦਾ ਹੋਇਆ ਉਹਨੂੰ ਪੂਰਨ ਦੀ ਕੋਸ਼ਿਸ਼ ਕਰ ਰਿਹਾ। ਨੌਜਵਾਨਾਂ ਦੇ ਸਿਰ 'ਤੇ ਨੌਜਵਾਨਾਂ ਨੂੰ ਭਖਵੇਂ ਭਾਸ਼ਣ ਦੇ ਕੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਹ ਜਿੱਤਣਾ ਚਾਹੁੰਦਾ। ਪਰ ਜੇ ਏਡਾ ਹੀ ਗੱਲ ਸੀ ਜਦੋਂ 25 ਦੀ ਰਾਤ ਨੂੰ ਘਟਨਾ ਵਾਪਰੀ ਤਾਂ ਲੱਖੇ ਸਿਧਾਣੇ ਨੇ ਅੱਗੇ ਹੋ ਕੇ ਹਿੱਕ ਤਾਣ ਕੇ ਉਹਨਾਂ ਨੌਜਵਾਨਾਂ ਨੂੰ ਰੋਕਿਆ ਕਿਉਂ ਨਹੀਂ? ਮੇਰਾ ਲੱਖੇ ਸਿਧਾਣੇ ਤੋਂ ਬਹੁਤ ਵੱਡਾ ਸਵਾਲ ਹੈ ਕਿ ਭਾਈ ਉਹ ਜਿਹੜਾ ਰੂਟ ਦਿੱਤਾ ਗਿਆ, ਹੁਣ ਮੈਂ ਸਿੱਧੇ ਤੌਰ ਦੇ ਉੱਤੇ ਕਹਿ ਦਿੰਦਾ, ਜਿਹੜਾ ਹੁਣ ਅੱਜ ਮੱਕੜ ਰੋ ਰੋ ਕੇ ਕਹਿ ਰਿਹਾ, ਕੁਰਲਾ ਲਾ ਕੇ ਕਹਿ ਰਿਹਾ ਕਿ ਇਹ ਦੀਪ ਸਿੱਧੂ ਦਾ ਚੈਨਲ ਨਹੀਂ ਹੈ। ਹੁਣ ਮੰਨੇ ਭਾਵੇਂ ਨਾ ਮੰਨੇ, ਪਰ ਦਿੱਲੀ ਦੇ ਵਿੱਚ ਸਾਡੇ ਜਿਹੜੇ ਛੋਟੇ ਵੀਰ, ਜਿਹੜੇ ਨਵੇਂ ਨੌਜਵਾਨ ਪੱਤਰਕਾਰ ਨੇ, ਮੇਰੇ ਛੋਟੇ ਵੀਰ ਆਖਿਆ, ਊ ਨਾ ਕਹਿੰਦੇ ਵੀ ਛੋਟੇ ਪੱਤਰਕਾਰ ਕੋਈ ਗਲਤ ਲੈ ਜੇ ਇਸ ਗੱਲ ਨੂੰ, ਉਹ ਨੌਜਵਾਨ ਵੀਰ ਮੈਨੂੰ ਫੋਨ ਕਰਕੇ ਕਹਿ ਰਿਹਾ, ਦਾਨੇ ਵਾਲੀਆ ਸਾਹਿਬ ਤੁਸੀਂ ਆਹ ਚੀਜ਼ ਫੜ ਕਿਵੇਂ ਲਈ ਸੀ? ਮੇਰਾ ਜਿਹੜੀ 2-3 ਮਿੰਟ ਦੀ ਵੀਡੀਓ ਵਾਇਰਲ ਹੋ ਰਹੀ ਹੈ, ਉਹ ਕਹਿੰਦੇ ਅਸੀਂ ਸਮਝ ਕਿਉਂ ਨਹੀਂ ਸਕੇ ਇਸ ਗੱਲ ਨੂੰ? ਸਾਨੂੰ ਸਮਝਾਓ, ਸਾਡੀ ਕਲਾਸ ਲਾਓ। 4-5 ਬੱਚੇ ਤਾਂ ਮੈਨੂੰ ਮਿਲ ਕੇ ਆ ਕੇ ਚਲੇ ਗਏ ਇੱਥੋਂ। ਮੈਂ ਕਿਹਾ ਬੇਟਾ ਇਹ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ, ਬੰਦਾ ਪਛਾਣਨਾ ਪੈਂਦਾ, ਹਾਲਾਤ ਪੈਦਾ ਕਰਨੇ ਪੈਂਦੇ ਆ। ਇੱਕ ਰੂਟ ਜਿਹੜਾ ਕਾਲੇ ਅਤੇ ਨੀਲੇ ਲਾ ਕੇ ਇੱਕ ਹਰਪ੍ਰੀਤ ਦੇਵਗਨ ਜਾਰੀ ਕਰਦਾ, ਅਤੇ ਨਾਲ ਕੌਣ ਕਰ ਰਿਹਾ ਜਾਰੀ? ਮੈਂ ਸਿੱਧਾ ਨਾਂ ਲੈ ਦਿੰਦਾ, ਮੱਕੜ। ਹੁਣ ਚੈਨਲ ਕਿਹਦਾ? ਹੁਣ ਇਹ ਚੈਨਲ ਦੀ ਹੁਣ ਤਰਤੀਬ ਸੁਣ ਲਓ, ਇਹ ਚੈਨਲ ਕਿੱਥੇ ਹੈ ਤੁਹਾਨੂੰ ਪਤਾ ਸ਼੍ਰੀਮਾਨ ਜੀ? ਕਿੱਥੇ ਹੈ ਚੈਨਲ ਦਾ ਹੈੱਡਕੁਆਟਰ ਆਪਣੇ ਸ਼ਿਵਿੰਦਰ ਜੀ, ਪਤਾ ਤੁਹਾਨੂੰ? ਇਹ ਚੈਨਲ ਹੈ ਜੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ, ਪੈਟਰੋਲ ਪੰਪ ਦੀ ਇੱਕ ਗਲੀ ਛੱਡ ਕੇ ਦੂਜੀ ਗਲੀ ਦੇ ਵਿੱਚ ਬੇਸਮੈਂਟ 'ਚ ਬਣਿਆ, ਜਿੱਥੇ ਹਰਪ੍ਰੀਤ ਦੇਵਗਨ ਇਮੀਗ੍ਰੇਸ਼ਨ ਦਾ ਕੰਮ ਚਲਾਉਂਦਾ ਸੀ। ਮੈਂ ਅੱਜ ਡਿਕਲੇਅਰ ਕਰ ਦਿੰਦਾ, ਦੋ ਪੱਤਰਕਾਰ ਜਿਨ੍ਹਾਂ ਦੀ ਹਰਪ੍ਰੀਤ ਦੇਵਗਨ ਉਹਨਾਂ ਦੇ ਗਲ ਪਿਆ ਸਿੰਘੂ ਬਾਰਡਰ ਦੇ ਵਿੱਚ, ਉਹ ਬੰਦਿਆਂ ਨੂੰ ਮੱਕੜ ਨੇ, ਜਦੋਂ ਬੰਦੇ ਉਹਨੂੰ ਪੈ ਗਏ ਤਾਂ ਮੱਕੜ ਨੇ ਇਹ ਗੱਲ ਕਹਿ ਕੇ ਇੰਟਰੋਡਿਊਸ ਕਰਾਇਆ ਕਿ ਇਹ ਚੈਨਲ 1 ਔਨ ਏਅਰ ਚੈਨਲ ਦਾ ਮਾਲਕ ਹੈ, ਕਿ ਦਬਾਅ ਮੰਨ ਜਾਣਗੇ। ਕਿਸ ਤਰ੍ਹਾਂ ਜਿਹੜਾ ਲੜਕਾ ਸਿੰਘੂ ਬਾਰਡਰ ਦੇ ਉੱਤੇ ਨੈੱਟ ਪ੍ਰੋਵਾਈਡ ਕਰ ਰਿਹਾ, ਜਿਹਨੇ ਸਟੇਜ ਲਾਈ ਗਈ ਹੈ, ਉਹਨੂੰ ਇੰਟਰਨੈੱਟ ਦੀ ਫੀਸ ਨਾ ਦੇਣ ਦੇ ਇਮੇਜ ਦੇ ਵਿੱਚ ਇੱਕ ਵਿਅਕਤੀ ਦੇ ਨਾਂ 'ਤੇ ਧਮਕਾਇਆ ਗਿਆ। ਮੈਂ ਹੁਣ ਸਿੱਧੀਆਂ ਗੱਲਾਂ ਦੇ ਉੱਤੇ ਆ ਗਿਆ ਵੀ ਅਸੀਂ ਇੰਟਰਨੈੱਟ ਦੀ ਫੀਸ ਨਹੀਂ ਦੇਣੀ, ਤੂੰ ਫਲਾਨੇ ਤੋਂ ਫੋਨ ਕਰਾਈਏ ਤੈਨੂੰ, ਉਹਦੀ ਲੀਜ਼ ਲਾਈਨ ਉੱਥੇ ਪਈ ਆ। ਕਹਿੰਦਾ ਲੀਜ਼ ਲਾਈਨ 30,000 ਦੀ, ਥੋੜ੍ਹਾ ਲੀਜ਼ ਲਾਈਨ ਤਾਂ 30, ਤੁਸੀਂ ਲੀਜ਼ ਲਾਈਨ ਨਹੀਂ ਲੈਣੀ, ਨੋਰਮਲ ਲਾਈਨ ਲੈ ਲਓ, ਜਦੋਂ ਲੀਜ਼ ਲਾਈਨ ਲੈਂਦੇ ਹੋ ਤਾਂ ਮਹਿੰਗੀ ਹੈ। ਉਹ ਕਹਿੰਦਾ 3,000 ਦੀ ਇੰਟਰਨੈੱਟ ਦੀ, ਉਹਨੂੰ ਇਹ ਹੀ ਨਹੀਂ ਪਤਾ ਵੀ ਲੀਜ਼ ਲਾਈਨ ਅਤੇ ਇੰਟਰਨੈੱਟ ਦਾ ਫਰਕ ਕੀ ਹੈ। ਠੀਕ ਆ, ਬੰਦੇ ਪੱਟ ਲਏ ਉਹਨਾਂ ਦੇ, ਨੌਜਵਾਨ ਮੁੰਡਿਆਂ ਦੇ ਪੈਸੇ ਨਹੀਂ ਦਿੱਤੇ ਜਾ ਰਹੇ, ਹਾਂ। ਸੋ ਗੱਲਾਂ ਕਲੀਅਰ ਨੇ। ਹੁਣ ਪੱਤਰਕਾਰਾਂ ਦੇ ਉੱਤੇ ਮਾਮਲਿਆਂ ਦੀ ਗੱਲ ਕਰੀਏ, ਸਮਾਂ ਭੱਜਦਾ ਜਾ ਰਿਹਾ, ਕਿੰਨੇ ਪੱਤਰਕਾਰਾਂ ਤੇ ਕਿਹੜੇ ਕਿਹੜੇ ਪੱਤਰਕਾਰ ਤੇ ਮਾਮਲਾ ਦਰਜ ਹੋਇਆ? ਬਿਲਕੁਲ ਜੀ, ਇਹ ਗੱਲ ਕਰਨੀ ਵੀ ਜ਼ਰੂਰੀ ਹੈ ਜਦੋਂ ਹੁਣ ਪੱਤਰਕਾਰਾਂ ਵਾਲੀ ਗੱਲ ਛੇੜ ਲਈ ਹੈ, ਕਿਉਂਕਿ ਆਹਦਾ ਟਾਈਮ ਤੁਸੀਂ ਲਾਇਆ ਜਾਂ ਮੈਂ ਲਾਇਆ ਹੈਗਾ ਉਹਨਾਂ ਪੱਤਰਕਾਰਾਂ ਦੇ ਉੱਤੇ ਜਿਹੜੇ ਕਿ ਸਰਕਾਰ ਦੀ ਗੋਦੀ 'ਚ ਬੈਠੇ ਜਾਂ ਸਿਸਟਮ ਦੀ ਗੋਦੀ 'ਚ ਬੈਠੇ ਹੈ। ਤੇ ਹੁਣ ਉਹ ਪੱਤਰਕਾਰ ਵੀ ਨੇ ਜਿਹੜੇ ਸਰਕਾਰ ਨੂੰ ਸਵਾਲ ਕਰਦੇ ਨੇ, ਸਿਸਟਮ ਨੂੰ ਸਵਾਲ ਕਰਦੇ ਨੇ, ਉਹਨਾਂ ਵਿੱਚੋਂ ਪਹਿਲਾਂ ਤਾਂ ਥੋੜਾ ਜਿਹਾ ਕਰਦੇ ਸੀਨੀਅਰ ਪੱਤਰਕਾਰਾਂ ਦੇ ਵੱਲ ਆ ਜਾਂਦੇ ਆ। 5 ਵੱਡੇ ਪੱਤਰਕਾਰਾਂ ਦੇ ਉੱਤੇ ਰਾਜਧਰੋਹ ਦਾ ਮਾਮਲਾ ਦਰਜ ਕੀਤਾ ਜੀ। ਇਹਨਾਂ ਦੇ ਵਿੱਚੋਂ
तीन पत्रकार कैरवान मैगजीन दे जिन मैं खुद भी जुड़िया होया है ते कैरवान का जो संपादक पबलिशर प्रेशनाथ ने ये शामिल ने एक कार्यकारी संपादक विनोद के जोश इन्हों के उत्ते भी राजद्रोह का मामला दर्ज होया ते तीन जने हो गए ने कैरवान तो चौथे है राजदीप सरदेसाई जे इंडिया टूडे तो सके उन्होंने उत्ते भी राजद्रोह का मामला वा ते इस तो बिना मृणाल पांडे बहुत सीनियर जर्नलिस्ट दूरदर्शन से तुम देखते हो कहीं खबर पढ़ते हुए उन्होंने तो उन्होंने उत्ते इहदा उत्ते दोष है कि किसान अंदोलन दौरान तुम लोगों को भड़काया वा इसलिए तुम जो राजद्रोह किया वा आज तक के राजदीप सरदेसाई की तो एक महीना तनखा तो उन्होंने ऑन एयर लिए एक महीने की सजा दे दी गई है दूजा मामला सिद्धार्थ वरदराजन जिहड़े द वायर दे एडिटर ने उन्होंने उत्ते दोष लाया भी तुसीं लोगों नूं उकसाया वा उन्होंने उत्ते उकसाउण वालियां धारावां लाईआं होईआं ने ते ओह जाके ओह यूपी पुलिस ने मामला दर्ज किया ते इदों अगे फिर आ जांदे आ अज मैं अपनी फेसबुक के उत्ते ट्विटर द कैरवान का ट्विटर हैंडल मतलब इंडिया के बैन कर दिया गया मैं अपनी फेसबुक उत्ते अंग्रेजी से पंजाबी दे विच पाया होया देख सकते हो तो उन्होंने उत्ते भी उहदा कारण यही है कि किसी ने शिकायत की होनी ट्विटर नूं ट्विटर तुहानूं पता इंडिया दे विच जिहड़ा किहदी बोली बोलता है किहदे नाल चलता क्योंकि यह कुछ मीडिया अदारे ने वायर कैरवान वर्गे जिहड़ी अज भी सरकार नूं नंगे तां टक्करदे हैगे ने फिर आ गया एक नौजवान मुंडा मनदीप पूनिया फ्रीलांसर है कदे फ्री एक हिंदी की वैबसाइट है जनपथ उहदे लई लिखता है ते कैरवान लई लिखता है जां एक दो छोटिया मोटिया होर वैबसाइट्स लई लिखता पर वो मुंडा काफी जिन्हों कहिंदे गर्म खून वाला मुंडा सियाणा भी है जोशीला भी है उन्हों कह दिता कि इन्हें जी पुलिस नाल दुरव्यवहार किया हुण कहिंदे उन्हों पुलिस नूं कुट्टिया जी कहिंदे कुट्टिया ते हुण देखे ओ कल्ला सी ते 40-50 पुलिस वाले नूं घड़ीसी फिरदे सीगे हुण कारण इह सीगा कि इक उहने वीडियो पाई है एक दिन पहला जिहदे विच उहने इह तसदीक कीता कि जो पुलिस है उत्थे गुंडागर्दी हुंदी आर एस एस दे गुंडियां दे द्वारा उहनां दा पुलिस किवें साथ दे रही हैगी आ वीडियो इकदम कारण बन सकदी है ते इसे तरह एक नवदीप कौर नां दी लड़की है उहदा वी अज इसे तरह उहदे नाल होया हैगा कहने का मतलब कि इत्थे जिदा जिदा मतलब जिहड़े पत्रकार सवाल करते हैं सरकार नंगा करते हैं काले कामों नंगा करते हैं उन्हां दी जगह जेल है जी जी सो दोस्तों मैं इस गल की शंका जाहिर करता होया तुहानू जिन्ने वीर सुन रहे ने सानू 9914410666 दे उत्ते जॉइन ग्रुप नाँ का एक मैसेज भेजो असीं तुहानू ग्रुप जॉइन करावांगे हो सकता कि रेडियो पंजाब टूडे भी आउंदे दिनों दे विच बंद कर दिता जाए जो हालात नज़र आ रहे हैं जेकर असी रिकॉर्डिंग करके तुहानू मैसेज भेजांगे ये वट्सएप करांगे कुछ भी करिए जो भी करिए गलबात रिकॉर्ड जरूर करांगे ऑन एयर हो सकता साडी ऐप रोक दिती जावे फेसबुक पेज ब्लॉक कर दिता जावे ट्विटर ते तां मैं है ही नहीं वैसे मैं सीधी गल कहां मैनूं आउंदा नहीं इन्ना चलाउणा जी ते हुण गल करिए बार्डरां नूं सील करन दा सिलसिला चीन तां अंदर वड़ रिहा ते असी भारतीयां नूं राजधानी जाण तों रोक रहे हां बिल्कुल जी असल जे विच गल हैगी है कि सरकारां ने ना जिहड़ियां सरकारां ने हुण देख लिया कि आम तौर पर हुंदा कि सरकारां ने जिहड़ा उपदेश देना हुंदा लोकां नूं ना एकता दा देना हुंदा जदों असीं कहिंदे हां कि कोई डेमोक्रेटिक कंट्री दे विच ना लोक आपस विच भिड़ जाण तां लोक भाईचारक सांझ नूं तोड़न की कोशिश करन तां सरकारां कहिंदियां हुंदियां कि भाई इकट्ठे रहो इकट्ठे विच ही देश दा एका वा देश दे एके विच ही तुहाडा भला वा पर इह पहली सरकार असीं देखी है चंगी तरह जिहड़ी कि लोग तां कहिंदे ने इस अंदोलन दे विच असीं इक हां असीं भाई हां असीं पुरानियां सारियां दराड़ां परां कर दित्तियां मारियां चक्के है भेदभाव ते इह सरकार कहिंदी नहीं नहीं तुसीं इक इक हो किवें गए तुहाडा भला किवें हो जूगा बई उहनां ने भी तुसीं क्यों हरियाणवी पंजाबी दे नाते क्यों नहीं लड़दे तुसीं क्यों यूपी वाले ते उत्तराखंड वाले नाते क्यों नहीं लड़दे हैगे तुसीं हिंदू मुसलमान दे नाते क्यों नहीं लड़दे तुसीं हिंदू सिख दे नाते क्यों नहीं लड़दे ते जदों लोकां ने जिहड़ा देखिया कि असीं एक दूजे लई आपदे पिंडां तों ट्रालियां लैके जा सकदे आ हरियाणे वाले पंजाब वालियां लई जा सकदे ने जे तुहाडे गुंडे हमला करनगे जे कई थावां ते होया इक जगह ते पंजाब दे बंदे नूं घेरन दी कोशिश कीती तां हरियाणे दे जाटां ने आके उहनां दी खड़कंती कीती आर एस एस दे बंदियां दी ते जदों आ देखिया
ਤਾਂ ਵੀ ਉੱਥੇ ਲੋਕ ਪਹੁੰਚ ਨਾ ਸਕਣ ਤੇ ਤੁਸੀਂ ਦੇਖੋ ਕਿ ਸਿੰਘੂ ਤੇ ਟਿਕਰੀ ਦੇ ਵਿੱਚ ਹੁਣ ਇੱਕ ਤਰ੍ਹਾਂ ਦੀਆਂ ਕੰਧਾਂ ਬਣਾ ਦਿੱਤੀਆਂ ਗਈਆਂ ਜਿਵੇਂ ਹੁਣ ਚੀਨ ਵਾਲੀ ਕੰਧ ਆ ਨਾ ਉਹ ਵੀ ਬਣਾ ਦੇਣਗੇ ਇੱਕ ਸਮੇਂ ਹੈ ਗਾਜੀਪੁਰ ਬਣਾ ਦਿੱਤੀ ਗਈ ਹੈ ਗਾਜੀਪੁਰ ਤਿੰਨਾਂ ਤੇ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸ ਦਿੰਦੇ ਹਾਂ ਗੰਗਪੁਰ ਤੋਂ ਇੱਕ ਰੇਲ ਗੱਡੀ ਦੇ ਵਿੱਚ ਕਿਸਾਨ ਆ ਰਹੇ ਸੀ ਦਿੱਲੀ ਬਾਰਡਰ ਦੇ ਉੱਤੇ ਉਹਨਾਂ ਨੇ ਉਤਰਨਾ ਸੀਗਾ ਤੁਹਾਡਾ ਜਿਹੜਾ ਆਪਣਾ ਹੈਗਾ ਕੀ ਕਹਿੰਦੇ ਆ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੇ ਉੱਥੋਂ ਸਿੱਧੀ ਗੱਡੀ ਗੰਗਪੁਰ ਬਾਰਡਰ ਨੂੰ ਕੱਢਤੀ ਗੰਗਪੁਰ ਨੂੰ ਕੱਢ ਦਿੱਤੀ ਰੁਕੀ ਨੀ ਗੱਡੀ ਉੱਥੇ ਦੇਖੋ ਲੇਟੈਸਟ ਅਪਡੇਟ ਹੈ ਇਹ ਕੰਮ ਸਰਕਾਰਾਂ ਕਰ ਰਹੀਆਂ ਹੈਗੀਆਂ ਨੇ ਇਹਦੇ ਵਿੱਚ ਹੁਣ ਇਹੀ ਹੈ ਕਿ ਇਹ ਅੰਦੋਲਨ ਨੂੰ ਮਾਰਨ ਦੇ ਹਰ ਹਰਬੇ ਸਰਕਾਰਾਂ ਨੇ ਵਰਤੇ ਨੇ ਉਹ ਫੇਲ ਹੋ ਗਏ ਹੁਣ ਆਖਰੀ ਹਰਬਾ ਜਿਹੜੇ ਵਰਤਣ ਲੱਗੀਆਂ ਆਖਰੀ ਹਲੇ ਆਖਰੀ ਨੀ ਕਹਿ ਸਕਦੇ ਹੋਰ ਵੀ ਹੋਣਗੇ ਬਹੁਤ ਕੁਛ ਕਰਨਗੇ ਜੀ ਬਹੁਤ ਕੁਛ ਕਰਨਗੇ ਪਰ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਹੁਣ ਕਿਸਾਨਾਂ ਨੇ ਕਿਵੇਂ ਕਮਜ਼ੋਰ ਕਰਨਾ ਜਿਵੇਂ ਕਰਦੇ ਆਏ ਨੇ ਇਹ ਇੱਕ ਵੱਡਾ ਸਵਾਲ ਹੈ ਪਰ ਦੂਸਰੀ ਜਿਹੜੀ ਚੀਜ਼ ਹੈ ਕਿ ਜਿਵੇਂ ਜਿਵੇਂ ਸਰਕਾਰ ਇਹਨਾਂ ਹੱਥਕੰਡਿਆਂ ਤੇ ਆ ਰਹੀ ਹੈ ਉਹ ਐਕਸਪੋਜ਼ ਵੀ ਹੋ ਰਹੀ ਹੈ ਨੰਗੀ ਵੀ ਹੋ ਰਹੀ ਹੈਗੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਮਿਹਰਬਾਨੀ ਸਮਾਂ ਦੇਣ ਦੇ ਲਈ ਮਿਹਰਬਾਨੀ ਸੋ ਤੁਸੀਂ ਵੀ ਆਪਣੇ ਵਿਚਾਰ ਕਿਉਂਕਿ ਕਾਰਨ ਕੀ ਹੈ ਜੀ 9196410668 ਦੇ ਉੱਤੇ ਵਟਸਐਪ ਕਰਕੇ ਦੇ ਸਕਦੇ ਹੋ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ